ਹਵਾਰੇ ਨੇ ਦਿੱਲੀ ਬਲਾਸਟ ਕੀਤਾ ਥੀਏਟਰ ਚ ਲੁਧਿਆਣਾ ਬਲਾਸਟ ਕੀਤਾ ਥੀਏਟਰ ਇਹ ਇੱਕ ਇੱਕ ਦੇ ਥੋੜੀ ਮੈਂ ਤਾਂ ਹੀ ਕਿਹਾ ਵੀ ਸਰਦਾਰ ਬੈਂ ਸਿੰਘ ਦੀ ਗੱਲ ਕਰੀਏ ਲੋਕਾਂ ਨੇ ਕੇਸ ਚੋਂ ਬਰੀ ਹੋ ਚੁੱਕੇ ਆ ਸ਼ਾਇਦ ਤੁਹਾਡੇ ਇਸ ਗੱਲ ਦੀ ਮੈਂ ਇਨਫਰਮੇਸ਼ਨ ਦੇ ਦਿਆਂ ਲੁਧਿਆਣਾ ਘੰਟਾ ਘਾਰ ਬਲਾਸਟ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ ਨੇ ਉਸਕੇ ਬਰੀ ਪੂਰੀ ਦਰਚਰਾ ਕੋਈ ਗਰੀਬ ਆਦਮੀ ਸਾਡੇ ਵਰਗਾ ਮਤਲਬ ਮੂਰੇ ਟੱਕਰਿਆ ਨਹੀਂਗਾ ਅੱਜ ਆਜ਼ਾਦ ਭਾਰਤ ਚ 5 ਸਾਲ 10 ਸਾਲ 18 ਸਾਲ ਦਾ ਨੌਜਵਾਨ ਜਾਊਗਾ ਤੇ ਪੁੱਛੂਗਾ ਵੀ ਇਹ ਕਿਹਦੀਆਂ ਫੋਟੋਆਂ ਉਹ ਕਹਿਣਗੇ ਜੀ ਇਹ ਉਹਦੀਆਂ ਫੋਟੋਆਂ ਜਿਹੜੇ AK47 ਬੰਬਾਂ ਨਾਲ ਲੋਕਾਂ ਨੂੰ ਮਾਰਦੇ ਸੀ ਚੰਗਾ ਮਾੜਾ ਪੁੱਲ ਜੋਚੇ ਕਿਹਦੀ ਲੱਗਣੀ ਚਾਹੀਦੀ ਕੇਪੀਐਸ ਗਿਲ ਦੀ ਲੱਗਣੀ ਚਾਹੀਦੀ ਹੈ ਸੰਤਾ ਨੂੰ ਤੁਹਾਡੇ ਤੁਹਾਡਾ ਓਪੀਨੀਅਨ ਸੰਤਾ ਪ੍ਰਤੀ ਕੀ ਹੈ ਕੋਈ ਅਸਲੇ ਲੈ ਕੇ ਜਾਣਾ ਗੁਰਦੁਆਰਾ ਸਾਹਿਬ ਬਰੂਦ ਲੈ ਕੇ ਜਾਣਾ ਕੋਈ ਚੰਗੀ ਗੱਲ ਅਸੀਂ ਇਹ ਐਡਮਿਟ ਕਰਦੇ ਹਾਂ ਕਿ ਸਰਦਾਰ ਬੈਂਕ ਸਿੰਘ ਦੇ ਰਾਜ ਦੇ ਵਿੱਚ ਬਹੁਤ ਨੌਜਵਾਨ ਸਿੱਖ ਨੌਜਵਾਨ ਨਰਦੋਸ਼ੇ ਮਾਰੇ ਗਏ ਫਲੋਰੈਂਸ ਮਛਨੂਈ ਵਰਗੇ ਰੂਪੇ ਵਰਗੇ ਆ ਭਗਵਾਨਪੁਰੀਏ ਵਰਗੇ ਇਹ ਉਦੋਂ ਪੰਜ ਵਰਡ ਸੀ ਉਦੋਂ ਛੰਦੜਾ ਸੀ ਉਦੋਂ ਬੁੱਧ ਸਿੰਘ ਵਾਲਾ ਸੀ ਗੁਰਜੰਡ ਸਿੰਘ ਵਾਲਾ ਸੀ ਉਦੋਂ ਇਹ ਸੀ ਕੋ ਤੁਸੀਂ ਕਹਿ ਰਹੇ ਹੋ ਕਿ ਭਾਈ ਬੁੱਧ ਸਿੰਘ ਵਾਲਾ ਭਾਈ ਛੰਦੜਾ ਇਹਨਾਂ ਸਾਰਿਆਂ ਨੇ ਸਿੱਖ ਨੌਜਵਾਨ ਮਾਰਤੇ ਦੇ 13 ਬੰਦਿਆਂ ਦੀਆਂ ਉਹ ਫੋਟੋਆਂ 26 ਜਨਵਰੀ 15 ਅਗਸਤ ਨੂੰ ਇਹ ਹਰ ਜਗ੍ਹਾ ਲੱਗਦੀਆਂ ਫੋਟੋਆਂ ਵੀ ਇਹ ਮੋਸਟ ਖਤਰਨਾਕ ਬੰਦੇ ਆ ਉਹਨਾਂ ਦੀ ਰਿਹਾਈ ਲਈ ਤੁਸੀਂ ਲੈ ਲੈਣੀਆਂ ਕੱਢ ਰਹੇ ਹੋ ਕੋਈ ਕਾਨੂੰਨ ਦੀ ਤਾਕਤ ਕਾਨੂੰਨ ਨਾ ਨਾ ਜੇ ਮੰਨਦੇ ਹੋ ਉਹਨਾਂ ਨੇ ਉਹਨਾਂ ਨੂੰ ਸਜ਼ਾ ਦਿੱਤੀਆਂ ਕੋਈ ਛੱਡ ਹੀ ਨਹੀਂ ਸਕਦਾ ਤੁਸੀਂ ਕੀ ਚਾਹੁੰਦੇ ਹੋ ਭਾਈ ਰਾਜੋਆਣਾ ਭਾਈ ਹਵਾਰਾ ਰਵਨੀਤ ਬਿੱਟੂ ਦਾ ਦਿਲ ਕੀ ਚਾਹੁੰਦਾ ਹੈ ਰਜੀਵ ਗਾਂਧੀ ਦੇ ਕਾਤਲ ਬਾਹਰ ਆ ਗਏ ਐ ਜੇ ਨਦਰ ਮੇਰੇ ਦਮਦਦਮਾ ਮੈਂ ਪੂਰੀ ਬਾਹ ਲਾਉਂਗਾ ਵੀ ਇਹ ਬਾਹ ਇੱਕ ਦਿਨ ਤੱਕ ਇਹ ਇੱਕ ਸਕਿੰਟ ਲਈ ਨਾ ਸਕ ਜੇ ਸੈਕਰੀਟ ਆ ਲਾਸ਼ਾਂ ਜਿਹੜੀਆਂ ਪਈਆਂ ਇਹ 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 ਕੌਣ ਸੀ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਮੈਂ ਬਾਹਰ ਆਉਣ ਦੇ ਦਵਾਂ ਇਨਾਂ ਨੂੰ ਕੌਮ ਦੇ ਰੱਖੇ ਕਿਉਂ ਕਹਿੰਦੀ ਐ ਕੌਮ ਇਹਨਾਂ ਨੂੰ ਕਿਉਂ ਕਿਹੜੀ ਕੌਮ ਕਹਿੰਦੀ ਆ ਤੁਸੀਂ 2 ਲੱਖ ਬੰਦਿਆਂ ਨੂੰ ਪੰਥ ਕਹਿੰਦੇ ਹੋ ਤਾਂ ਫਿਰ ਤਾਂ ਬੜੀ ਮਾੜੀ ਗੱਲ ਐ ਤੇ ਇੰਡੀਕੇਸ਼ਨ ਸਾਹਮਣੇ ਆ ਗਿਆ ਵੀ ਜਿਹੜੇ ਬੰਦੇ ਸਿੱਖਾਂ ਨਹੀਂ ਵੋਟ ਮੰਗਣ ਖੜੇ ਉਹ ਤਾਂ ਗਿਣਤੀ 'ਚ 4-5 ਲੱਖ ਨੇ ਭਾਈ ਜਟਾਣਾ ਦੀ ਤਸਵੀਰ ਤੋਂ ਤੁਹਾਨੂੰ ਪ੍ਰੋਬਲਮ ਹੋਈ ਕਿਉਂ ਲੱਗੀ ਮੈਂ ਕਹਨਾ ਮੈਨੂੰ 100% ਪ੍ਰੋਬਲਮ ਆ ਤੀ ਪਰ ਬਿੱਟੂ ਜੀ ਐਸ ਸਾਹਿਬ ਨਾਲ ਤਾਂ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਲੋਕਾਂ ਨੇ ਉੱਥੇ ਪਰ ਤੁਸੀਂ ਇਹ ਕਹੋਗੇ ਪਪੂਲਰ opinion ਹੈ ਸੰਗਰੂਰ ਜ਼ਿਲ੍ਹੇ ਦਾ ਸੰਗਰੂਰ ਕੌਨਸਟਿਟੂਐਂਸੀ ਦਾ ਕਿ ਲੋਕ ਖਾਲਿਸਤਾਨ ਚਾਹੁੰਦੇ ਆ ਉੱਥੇ ਸਮਾਦੀ ਗੱਲ ਨਾ ਸ਼ੁਰੂ ਉਹ ਤਾਂ ਪਗਤ ਸਿੰਘ ਨੂੰ ਹੁਣ ਦੇਖੋ ਕੀ ਕੁਛ ਕਹੀ ਜਾਂਦੇ ਆ ਉਹ ਤਾਂ ਲੋਕ ਵਿਚਾਰੇ ਪਛਤਾਉਂਦੇ ਆ ਜਿਹੜੀਆਂ ਵੋਟਾਂ ਪਾਤੀਆਂ ਜਿਹੜੇ ਭਗਤ ਸਿੰਘ ਜੀ ਨੂੰ ਮਤਲਬ ਅਤਵਾਦੀ ਕਹੀ ਜਾਂਦੇ ਆ ਉਹਨਾਂ ਦੀ ਗੱਲ ਆਪਾਂ ਨਾ ਹੀ ਛੇੜੀਏ ਜੇ ਸਮਜੀਤ ਸਿੰਘ ਮਾਨ ਕਾਲਿਸਤਾਨ ਦੀ ਗੱਲ ਕਰਦੇ ਤਾਂ ਲੋਕੇ ਸੌਂ ਚੱਕਦੇ ਪਾਰਲੀਮੈਂਟ ਜਿੱਥੇ ਸਾਰੇ ਐਮਪੀ ਨੇ ਸੌਂ ਚੱਕੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿ ਬਜ਼ੁਰਗ ਨੇ ਤੇਸਟ ਗਲਤ ਕੀ ਕੀਤਾ ਨਹੀਂ ਲਾਉਂਦੇ ਖਾਲਸਾ ਦਾ ਨਾਰਾ ਇਸ ਤੇ ਗਲਤ ਕੀ ਕੀਤਾ ਫਿਰ ਖਾਲਸਾਣ ਕਿੱਥੇ ਗਿਆ ਅੰਦਰ ਲੀਆਂ ਗੱਲਾਂ ਖੂਰ ਨੇ ਬਾਹਰ ਲੀਆਂ ਗੱਲਾਂ ਖੂਰ ਕੀ ਨੇ ਅੰਦਰ ਲੀਆਂ ਗੱਲਾਂ ਕੀ ਨੇ ਜੋ ਦੇਸ਼ ਦੀ ਸੋਚ ਚੱਕਿਆ ਹੈ ਉਹਨਾਂ ਦੇ ਇੰਕਾਊਂਟਰ ਦੀਆਂ ਗੱਲਾਂ ਹੁਣ ਤੁਹਾਡੇ ਸਾਹਮਣੇ ਆ ਰਹੀਆਂ ਹਜੇ ਕੋਈ ਭਲੀਖਾ ਰਹਿ ਗਿਆ ਜਿਹੜਾ ਜਪਤ ਸਿੰਘ ਤੇ ਉਦਮ ਸਿੰਘ 'ਚ ਫਰਕ ਪਾਤਾ ਕੱਲ ਨੂੰ ਗੁਰੂ ਨਾਨਕ ਦੇਵ ਜੀ ਗੁਰੂ ਗੁਰਬਿੰਦ ਸਿੰਘ ਜੀ ਖਰਕਨਾਪਾ ਦੇ ਉਹ ਰੱਬ ਦੇ ਵਾਸਤੇ ਇਹਨਾਂ ਨੂੰ ਖੰਡਾ ਕਰਨਾ ਪੈਣਾ ਹੈ ਇਹਨਾਂ ਦੇ ਗੱਲ 'ਚ ਠੰਡੀ ਕੋਈ ਬਰਫ਼ ਦੇ ਹਾਰੂਦ ਪਾਉਣੇ ਚਾਹੀਦੇ ਆ ਵੀ ਬਸ ਭਾਈ ਇਹਨਾਂ ਇਹ ਦੱਸੋ ਜਥੇਦਾਰ ਸਾਹਿਬ ਵੀ ਤੁਸੀਂ ਅਸਲੀ ਜਥੇਦਾਰ ਹੋ ਜਾਂ ਹਵਾਰਾ ਜਥੇਦਾਰ ਆ ਇਹ ਪਹਿਲਾਂ ਪਹਿਲਾਂ ਪੰਥ ਨੂੰ ਸੁਖਵੀਰ ਸਿੰਘ ਬਾਦਲ ਤੇ ਇਹ ਦੱਸੋ ਦੇ ਜਾਣ ਆ ਜੱਥੇਦਾਰ ਸਾਹਿਬ ਨਾ ਨਾ ਸਾਰਾ ਪੰਥ ਤੇ ਧਰਮ ਮਗਰ ਲੱਜੇ ਸੱਦੋ ਬਾਦਲ ਨੂੰ ਹਰ ਸਿਮਰਤ ਕੋਰ ਬਾਦਲ ਨੂੰ ਮਜੀਠੀਏ ਨੂੰ ਵੀ ਤੁਸੀਂ ਚਿੱਟੇ ਮਗਰ ਲਾਤਾ ਸਾਰਾ ਜਿੰਨੀ ਤੋਂ ਵੱਧ ਤੋਂ ਵੱਧ ਸਗਾ سزا ਸਖਤ ਮਿਲੇ ਇਹਨਾਂ ਨੂੰ ਉਨੀ ਘਟ ਜਿਨ੍ਹਾਂ ਨੇ ਸਾਡੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਬਾਅਦ ਨਿਹੱਤੇ ਸਿੱਖ ਮਨਾਤੇ ਤੇ ਉਦੋਂ ਬਾਅਦ ਫੇਰ ਹਜੇ ਗਾਣਾ ਗਾਰੇ ਆ ਜੰਤਰਮੰਤ ਦੇ ਪਾਤਸ਼ਾਹੀਆਂ ਪਾਸ਼ਾਹੀਆ ਗੁਰੂ ਨੇ ਪੰਜ ਵਾਰ ਤੁਹਾਨੂੰ ਮੱਖ ਮੰਤਰੀ ਥੋੜਾ ਸਾਲਾ ਸਾਹਿਬ ਨੂੰ ਤੁਹਾਨੂੰ ਡਿਪਟੀ ਮੁੱਖ ਮੰਤਰੀ ਥੋੜੇ ਜਵਾਈ ਸਾਹਿਬ ਨੂੰ ਮੰਤਰੀ ਬੀਬੀ ਨੂੰ ਮੰਤਰੀ ਕੈਬਨਿਟ ਤੁਸੀਂ ਪਾਸ਼ਾਹੀਆ ਪਾਸ਼ਾਹੀਆ ਤੁਹਾਨੂੰ ਰੱਬ ਪਰਮਾਤਮਾ ਬਖਸ਼ ਬਖਸ਼ ਥੱਕ ਗਿਆ ਪਰ ਤੁਸੀਂ ਪਾਪ ਤੇ ਪਾਪ ਤੁਸੀਂ ਪਾਪ ਤੇ ਪਾਪ ਕੀਤਾ ਜੀ ਹਿੰਮਤ ਅ ਮੈਂ ਤੁਹਾਨੂੰ ਮੈਂ ਇਹੀ ਕਹ ਜੇ ਹਿੰਮਤ ਸਦੋ ਉਸਤਵੀਰ ਸਿੰਘ ਬਾਦਲ ਨੂੰ ਵੀ ਭਾਈ ਤੂੰ ਕਿਵੇਂ ਅਕਾਲ ਤੱਕ ਸਾਡੇ ਤੋਂ ਇਹਨੂੰ ਮਾਫੀ ਦਵਾਈ ਜਾਂਦੀ ਤਾਂ ਥੋੜੀ ਪਾਰਟੀ ਵੀ ਰਹੀ ਆ ਅੱਧੇ ਬੰਦੇ ਥੋੜੀ ਪਾਰਟੀ ਦੇ ਅੱਧੇ ਐਮ ਐਲ ਏ ਉਸੇ ਦਰਬਾਰ ਚ ਮੱਥਾ ਟੇਕਦੇ ਰਹੇ ਇੱਧਰਲੀ ਜੇਬ ਚੋਂ ਸ੍ਰੀ ਗੀਤ ਸਿੰਘ ਬਾਦਲਦੀ ਸੱਜੀ ਜੇਬ ਤੋਂ ਐਸਡੀ ਦੀ ਪ੍ਰਧਾਨ ਦੀ ਚਿੱਠੀ ਨਿਕਲਦੀ ਖੱਬੇ ਜੇਬ ਚੋਂ ਕਾਲ ਤੱਕ ਤੇ ਜੱਫੇਦਾਰ ਦੀ ਨਿਕਲਦੀ ਹੈ ਜੀ ਵੀ ਐਸਡੀ ਪੀ ਸੀ ਵੀ ਗੋਲਕ ਚ ਗਰੀਬ ਜਿਹਨਾਂ ਵੀ ਪੈਸਾ ਜਾਂਦਾ ਉਹ ਪੈਸਾ ਕਿਸ ਲਈ ਵਰਤਿਆ ਜਾਂਦਾ ਬਈ ਭਾਈ ਬੜਿਆਂ ਤੋਂ ਵੱਡੇ ਜਿਹੜੇ ਐਸ.ਡੀ.ਪੀ.ਸੀ ਮੈਂਬਰ ਨੇ ਪ੍ਰਬੰਧਕ ਨੇ ਉਹਨਾਂ ਦੇ ਕਰੋੜਾਂ ਰੁਪਏ ਗੱਡੀਆਂ ਡੀਜ਼ਲ ਪੈਟਰੋਲ ਕਰ। ਗੰਨਵਰ ਗੰਨੇ ਬਾਲਦਾ ਚੰਗਾ ਕੰਮ ਚੱਲਦਾ ਏ। ਉਹਨੂੰ ਨਾ ਹਿਸਟਰੀ ਪਤਾ ਏ ਚੰਗੇ ਕਿਸਾਨੀ ਬੜਿਆਂ ਨੇ ਗੱਲ ਕੀਤੀ। ਜਾਂ ਤਾਂ ਗਰਮੀ 'ਚ ਵੀ ਲੋਈ ਲੈ ਲੈਂਦਾ। ਆਪਦੇ ਬਾਲ ਹੈ ਜਾਂ ਨਹੀਂ ਪਤਾ ਨਹੀਂ। ਜੱਥੇਦਾਰ ਕਾਲ ਤਖਤ ਦਾ ਕਹਿਣਾ ਹੈ ਕਿ ਲੇਲੜੀਆਂ ਕੱਢਣ ਦੀ ਲੋੜ ਨਹੀਂ ਐ ਐਸਜੀਪੀਸੀ ਆਪਣੇ ਆਪ ਚ ਵੱਡੀ ਸੰਸਥਾ ਹੈ ਪ੍ਰਧਾਨਾਂ ਤੋਂ ਕਦੇ ਦਿੱਲੀ ਕੰਬਿਆ ਕਰਦੀ ਸੀ ਤੇ ਹੁਣ ਪ੍ਰਧਾਨ ਜਾ ਕੇ ਦਿੱਲੀ ਦਰਬਾਰ ਚ ਜਾ ਕੇ ਬਹਿੰਦੇ ਆ ਤੇ ਉਹਨਾਂ ਲਈ ਬੂਹਾ ਨਹੀਂ ਖੋਲਿਆ ਜਾਂਦਾ ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਸੰਸਦ ਨੇ ਔਰ ਉਸ ਪਰਿਵਾਰ ਤੋਂ ਨੇ ਉਹ ਕਹਿੰਦੇ ਆ ਕਿ ਅਸੀਂ ਸ਼ਹਾਦਤਾਂ ਦੇ ਕੇ ਪੰਜਾਬ ਬਚਾਇਆ ਇਸ ਮੁੱਦੇ ਤੇ ਅੱਜ ਉਹਨਾਂ ਦੇ ਬਿਆਨ ਦੇ ਨਾਲ ਤਰਥੱਲੀ ਮੱਚੀ ਐ ਗੱਲਬਾਤ ਕਰਦੇ ਆਂ ਆਨਯਰ ਤੇ ਬਹੁਤ ਸਵਾਗਤ ਹੈ ਬਿੱਟੂ ਜੀ ਮੱਕੜ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਾ ਤਾਂ ਇੱਕ ਜ਼ਿਲ੍ਹੇ ਤੋਂ ਆ ਲੁਧਿਆਣੇ ਤੋਂ ਆ ਪਰ ਮੈਂ ਬਹੁਤ ਲੰਬੇ ਚਿਰ ਬਾਅਦ ਜਿਹੜਾ ਏ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਕਈਆਂ ਨੇ ਇੱਥੇ ਵੀ ਕਹਿ ਦੇਣਾ ਵੀ ਮੱਕੜ ਸਾਹਿਬ ਤੁਸੀਂ ਕਿਉਂ ਬਿੱਟੂ ਨਾਲ ਇੰਟਰਵਿਊ ਕੀਤੀ ਪਰ ਭਾਈ ਸਾਡਾ ਜ਼ਿਲ੍ਹਾ ਇੱਕ ਹੈ ਇਸ ਕਰਕੇ ਮੇਰਾ ਵੀ ਮਨ ਸੀ ਵੀ ਮੱਕੜ ਸਾਹਿਬ ਨਾਲ ਜ਼ਰੂਰ ਇੰਟਰਵਿਊ ਕੀਤੀ ਜਾਵੇ ਤੈਨੂੰ ਫੱਕ ਪੈਂਦਾ ਇਸ ਗੱਲ ਨਾਲ ਜਦੋਂ ਲੋਕ ਕਹਿ ਦਿੰਦੇ ਆ ਵੀ ਐਂ ਕਿਉਂ ਕੀਤਾ ਜਾਂ ਰਵਨੀਤ ਬਿੱਟੂ ਨੇ ਐਂ ਕਿਉਂ ਕੀਤਾ ਨਹੀਂ ਮੈਨੂੰ ਉਂ ਨਹੀਂ ਪੈਂਦਾ ਪਰ ਹੁਣ ਜਿਹੜੇ ਥੋੜੇ ਵਰਗੇ ਦਾਇਰੇ ਨੇ ਜਿਹੜੇ ਜਿਨ੍ਹਾਂ ਚ ਬਹੁਤ ਗੂੜੀ ਜਿਹੜੇ ਸਿੱਖ ਮੁੱਦਿਆਂ ਤੇ ਗੱਲ ਹੁੰਦੀ ਆ ਉਹ ਲੋਕ ਫੋਲੋ ਕਰਦੇ ਆ ਮੈਨੂੰ ਇਹ ਜ਼ਰੂਰ ਲੱਗਦਾ ਵੀ ਮੇਰੇ ਕਰਕੇ ਕੋਈ ਕਿੰਤੂ ਬਰੰਤੂ ਨਾ ਹੋਵੇ ਕਿਉਂਕਿ ਅਸੀਂ ਤਾਂ 1990 ਕਲਾ ਲੋ ਜਦ ਤੱਕ ਸਮਝ ਆਈ ਸੀ ਹੂੰ ਉਹ ਇੱਕ ਵਰਗ ਦੀਆਂ ਲਗਾਤਾਰ ਉਹੀ ਗਾਲਾਂ ਉਹੀ ਕਮੈਂਟ ਉਦੋਂ ਉਦੋਂ ਉਹਦੇ ਹਜੇ ਕਿ ਡਿਜੀਟਲ ਨਹੀਂ ਸੀ ਉਦੋਂ ਆਧਾਰੇ ਅਖਬਾਰ ਜਿਹੜੇ ਸੀ ਬਹੁਤ ਤੱਤਾ ਵੀ ਲਿਖਦੇ ਸੀ ਉਹ ਨਹੀਂ ਸੀ ਕੋਈ ਗੱਲ ਪਰ ਉਹ ਆਦਤ ਪਈ ਹੋਈ ਦਾਦਾ ਹੀ ਤੋਂ ਲੈ ਕੇ ਹਜੇ ਤੱਕ ਉਹ ਕੰਟੀਨਿਊ ਆ ਹੁਣ ਉਹ ਇਹਦੇ ਚ ਹਜ਼ਾਰਾਂ ਚ ਵੱਧ ਗਈ ਆ ਹਮ ਮੈਂ ਤੁਹਾਨੂੰ ਬਿਲਕੁਲ ਫ੍ਰੈਂਕਲੀ ਗੱਲ ਕਰਦਾ ਬਈ ਕਿਸੇ ਵੇਲੇ ਕਿਸੇ ਵੇਲੇ ਸੀ ਬਹੁਤ ਸਾਲ ਪਹਿਲਾਂ ਹੁਣ ਤਾਂ ਲੱਗਦਾ ਵੀ ਇਹਦੇ 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 ਬਿਨਾਂ ਮੈਂ ਸਮਝਦਾ ਡੈਮੋਕ੍ਰੇਸੀ ਹੋਣੀ ਕੀ ਫਿਰ ਜਥੇਦਾਰ ਦੇ ਬਿਆਨ ਤੇ ਬੋਲਣ ਦੀ ਕੀ ਲੋੜ ਪੈ ਗਈ ਸੀ ਜਥੇਦਾਰ ਸਾਹਿਬ ਸਤਕਾਰਤ ਨੇ ਉਹ ਕੋਈ ਨਾ ਕੋਈ ਕਾਮਪ੍ਰਤੀ ਬਿਆਨ ਦੰਦੇ ਆ ਤਾਂ ਰਵਨੀਤ ਬਿੱਟੂ ਨੂੰ ਹਰ ਵਾਰ ਕੀ ਲੋੜ ਹੁੰਦੀ ਹੈ ਕਿ ਉਹਨਾਂ ਦੇ ਕਿਸੇ ਬਿਆਨ ਨੂੰ ਕੱਟਣਾ ਹੈ ਜਾਂ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਨਹੀਂ ਨਹੀਂ ਅਕਾਲ ਤਖਤ ਸਾਹਿਬ ਮੈਂ ਜਥੇ ਵੀ ਕਿਸੇ ਨਾਲ ਵੀ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਕਿਸੇ ਪਾਰਟੀ ਦਾ ਚਾਹੇ ਕੋਈ ਬਾਹਰ ਬੈਠਾ ਜਿਹੜਾ ਅਕਾਲ ਤੱਕ ਸਭ ਤੋਂ ਵੱਡਾ ਸਤਕਾਰ ਹੀ ਕੋਈ ਨਹੀਂ ਇਹ ਡਿਬੇਟ ਹੀ ਤਾਂ ਹੈ ਡਿਬੇਟ ਹੀ ਤਾਂ ਹੈ ਭਈ ਮਹਾਰਾਜਾ ਰਣਜੀਤ ਸਿੰਘ ਵਰਗਾ ਸਭ ਨੂੰ ਪਤਾ ਹੈ ਜਿਹੜੀ ਮੈਂ ਗੱਲ ਕਹਿਣ ਲੱਗਾ ਕੋਈ ਨਵੀਂ ਨਹੀਂ ਅੱਪੇ ਵੀ ਪੜ੍ਹੀ ਹੈ ਸੁਣੀ ਆ ਭਈ ਐਡਾ ਵੱਡਾ ਰਾਜ ਕਾਬਲ ਤੋਂ ਲੈ ਕੇ ਕੰਧਾਰ ਉਹ ਬੰਦੇ ਨੂੰ ਅਕਾਲ ਤੱਕ ਸਭ ਨੇ ਸਜ਼ਾ ਲਾਤੀ ਕੋੜਿਆਂ ਤੇ ਹੂੰ ਤੇ ਉਹ ਬੰਦਾ ਆ ਕੇ ਮਾਫੀ ਮੰਗੀ ਕੋੜੇ ਖਾਦੇ ਅੱਜ ਦੇ ਜਥੇਦਾਰਾਂ ਨਾਲ ਡਿਬੇਟ ਨਹੀਂ ਮੇਰੇ ਵਰਗੇ ਦੀ ਕੀ ਹਿੰਮਤ ਕੋਈ ਜਥੇਦਾਰ ਸਾਹਿਬ ਨੂੰ ਕੋਈ ਲਫ਼ਜ਼ ਕਹਿ ਦੇ ਕਿਉਂ ਕਹਿ ਸਕਦਾ ਕਿਉਂਕਿ ਅੱਜ ਦੇ ਜਥੇਦਾਰ ਸਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਿਹੜੀਆਂ ਬੇਅਦਮੀਆਂ ਹੋਈਆਂ ਜਿਹੜੇ ਅਕਾਲ ਤਖਤ ਸਾਹਿਬ ਤੋਂ ਉਹ ਬਾਬਾ ਜਿਹੜਾ ਜੇਲ੍ਹ 'ਚ ਬੈਠਾ RAM REHIM ਉਹਨੂੰ ਹੁਕਮਨਾਮੇ ਮਾਫੀ ਦੇ ਜਾਰੀ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਤੋਂ ਬਾਅਦ ਉਹਨਾਂ ਨੇ ਪਹਿਰਾਵਾ ਜਿਹੜਾ ਏ ਉਹ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪਾਇਆ ਤੇ ਫੇਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦਾ ਵੀ ਇਹਨਾਂ ਦੀਆਂ ਫਿਲਮਾਂ ਚੱਲਣੀਆਂ ਚਾਹੀਦੀਆਂ ਤੇ ਜਾਂਦੀ ਤਾਂ ਥੋੜੀ ਪਾਰਟੀ ਵੀ ਰਹੀ ਆ ਅੱਧੇ ਬੰਦੇ ਥੋੜੀ ਪਾਰਟੀ ਦੇ ਅੱਧੇ ਐਮਐਲਏ ਉਸੇ ਦਰਬਾਰ 'ਚ ਮੱਥਾ ਟੇਕਦੇ ਰਹੇ ਮੈਂ ਮੈਂ ਇਸ ਪੋਲਿਟਿਕਲ ਡਿਬੇਟ ਹੀ ਨੀਗਾ ਪੋਲਿਟਿਕਸ ਦੇ ਵਿੱਚ ਤਾਂ ਮੈਂ ਸਮਝਦਾ ਸਾਰੇ ਹੀ ਇੱਕ ਦੂਜੇ ਕੋਲ ਜਾਂਦੇ ਆ ਸਾਰੇ ਹੀ ਇੱਕ ਦੂਜੇ ਨੂੰ ਮਿਲਦੇ ਆ ਜਦੋਂ ਕੋਈ ਰਾਜ ਭਾਗ 'ਚ ਹੁੰਦਾ ਉਹ ਸਟੇਟ ਦਾ ਮੁੱਖ ਮੰਤਰੀ ਹੁੰਦਾ ਸਟੇਟ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਉਹ ਇੱਕ ਪੋਲਿਟਿਕਲ ਪਾਰਲੀਮੈਂਟ 'ਚ ਇਕੱਠੇ ਬਹਿਣਾ ਰਾਜ ਪਰ ਉਸ ਰਾਮ ਰਹੀਮ ਨੂੰ ਅਕਾਲੀਆਂ ਦੇ ਨਾਲ ਕਾਂਗਰਸ ਨੇ ਵੀ ਤਾਂ ਸਟਰੋਂਗ ਕੀਤਾ ਰਾਮ ਰਹੀਮ ਦੀ ਗੱਲ ਮੈਂ ਰਾਮ ਰਹੀਮ ਦੀ ਗੱਲ ਕਰ ਰਿਹਾ ਨਹੀਂ ਨਹੀਂ ਇਹ 100% ਤੁਹਾਡੇ ਇਹ ਚ ਕੋਈ ਸ਼ੰਕਾ ਨਹੀਂ ਵੀ ਹਰ ਮੁੱਖ ਮੰਤਰੀ ਉੱਥੇ ਜਾਂਦਾ ਰਿਹਾ ਹਮ ਵੋਟਾਂ ਲਈ ਜਾਂਦਾ ਰਿਹਾ ਚਾਹੇ ਕਾਂਗਰਸ ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕੋਈ ਭਾਜਪਾ ਦਾ ਹੋਵੇ ਚਾਹੇ ਦੂਜੀਆਂ ਸਟੇਟਾਂ ਦੇ ਮੁੱਖ ਮੰਤਰੀ ਹੋਣ ਪਰ ਪਰ ਜਿਹੜੀ ਅਕਾਲੀ ਦਲ ਆ ਉਹਦਾ ਹੀ ਕੰਟਰੋਲ ਐਸਜੀਪੀਸੀ ਦਾ ਕੰਟਰੋਲ ਉਹਨਾਂ ਦਾ ਇਧਰਲੀ ਜੇਬ ਚੋਂ ਸੁਖਵੀਰ ਸਿੰਘ ਬਾਦਲ ਦੀ ਸੱਜੀ ਜੇਬ ਚੋਂ ਐਸਜੀ ਦੀ ਪ੍ਰਧਾਨ ਦੀ ਚਿੱਠੀ ਨਿਕਲਦੀ ਹੈ ਖੱਬੇ ਜੇਬ ਚੋਂ ਆਲ ਤੱਕ ਦੇ ਜਥੇਦਾਰ ਦੀ ਨਿਕਲਦੀ ਆ ਗੱਲ ਉਸ ਦੀ ਆ ਕਾਂਗਰਸ ਦਾ ਜਥੇਦਾਰ ਐਸਜੀਪੀਸੀ ਤੇ ਕਾਬਜ ਥੋੜੀ ਆ ਜਾਂ ਕੋਈ ਹੋਰ ਥੋੜੀ ਐਸਜੀਪੀਸੀ ਤੇ ਕਾਬਜ ਅਕਾਲੀ ਦਲ ਬਾਦਲ ਆ ਉਹਨਾਂ ਦੇ ਇਲੈਕਸ਼ਨ ਹੋ ਕੇ ਮੈਂਬਰ ਜਿੱਤ ਕੇ ਤੇ ਇਹ ਚ ਕੋਈ ਝੂਠ ਨਹੀਂ ਬਿਕਾਲ ਸਕ ਸਭ ਦੇ ਜਥੇਦਾਰ ਵੀ ਉਹ ਬਣਾਉਂਦੇ ਆ ਤੇ ਉਹ ਜੋਰ ਪਾ ਕੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੀਟਿੰਗਾਂ ਕਰਕੇ ਉਹਨਾਂ ਨੂੰ ਚਿੱਠੀ ਜਾਰੀ ਕਰਵਾਉਂਦੇ ਆ ਇਹ ਤਾਂ ਜਥੇਦਾਰ ਸਾਹਿਬ ਨੇ ਬਾਅਦ ਚ ਆਪ ਦੱਸਿਆ ਹੈ ਸਾਬਕਾ ਤੁਸੀਂ ਇੰਨੇ ਸਾਲਾਂ ਤੋਂ ਐਸਜੀਪੀਸੀ ਦੀ ਚੋਣ ਨਹੀਂ ਹੋ ਰਹੀ ਰਵਨੀਤ ਬਿੱਟੂ ਨੇ ਕਿੰਨੇ ਸੰਘਰਸ਼ ਕੀਤੇ ਫਿਰ ਕਿੰਨੇ ਵਾਰੀ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾਇਆ ਭਾਈ ਡੈਮੋਕਰੈਟਿਕ ਤਰੀਕੇ ਨਾਲ ਚੋਣਾਂ ਕਰਾਓ ਦੇਖੋ ਇਹ ਕੁਐਸਚਨ ਇੱਕ ਬਹੁਤ ਵੱਡਾ ਮੈਂ ਉਹਦੇ ਤੇ ਵੀ ਆਉਣਾ ਵੀ ਮੇਰੇ ਤੇ ਦੇਖੋ ਕਮਜ਼ੋਰ ਕਿੰਨੇ ਹੋ ਗਏ ਅਦਾਰੇ ਭਈ ਇਲੈਕਸ਼ਨ ਕਰਾਉਣ ਦੀ ਤਾਕਤ ਵੀ ਹੋਮ ਮਿਨਿਸਟਰੀ ਲੈ ਗਿਆ ਹੂੰ ਚਾਹੇ ਉਹਦੇ ਵਿੱਚ ਪਾਰਟੀ ਕਾਂਗਰਸ ਹੋਵੇ ਮੈਂ ਉਹ ਨਹੀਂ ਭਈ ਜਿਹੜੀ ਜਥੇਦਾਰ ਨੇ ਅੱਜ ਗੱਲ ਕੀਤੀ ਹੈ ਕਿਤੇ ਨਾ ਕਿਤੇ ਤਾਂ ਉਹ ਗੱਲ ਬਿਲਕੁਲ ਠੀਕ ਆ ਵੀ ਪਹਿਲਾਂ ਇਲੈਕਸ਼ਨ ਕਰਾਉਣ ਦੀ ਤਾਕਤ ਸਾਡੇ ਕੋਲ ਹੁਣ ਐਸਜੀਪੀਸ ਦੇ ਇਲੈਕਸ਼ਨ ਕਰਾਉਣ ਦੀ ਹੋਮ ਮਿਨਿਸਟਰੀ ਕੋਲ ਤਾਕਤ ਹੁਣ ਸੁਣ ਲਓ ਆ ਸਾਲ ਦੀ ਗੱਲ ਉਦੋਂ ਪਹਿਲਾਂ ਤਾਂ ਇਲੈਕਸ਼ਨ ਹੋਣ ਹੀ ਨਹੀਂ ਦਿੰਦੇ ਸੀ ਕਿਉਂ ਕਿ ਕਾਲੀ ਦਲ ਤੇ ਬੀਜੇਪੀ ਭਾਈਵਾਲ ਸੀਗੇ ਇਕੱਠੇ ਜਿਹੜੇ ਰਾਜ ਦੇ ਵਿੱਚ ਹਰ ਸਿਮਰਿਤ ਕੌਰ ਉੱਥੇ ਮੰਤਰੀ ਸੀਗੇ ਬੈਠੇ ਇਲੈਕਸ਼ਨ ਕਿਤੇ ਹੋਣ ਦਿੰਦੇ ਸੀ ਉਹ ਤਾਂ ਉਹੀ ਬਹਾਨਾ ਬਣਾ ਕੇ ਕੋਰਟ ਚ ਸਾਲ ਲੱਗੇ ਸਾਲ ਲੱਗੇ ਸਾਲ ਲੱਗੇ ਕਿਉਂਕਿ ਉਹਨਾਂ ਦਾ ਰਾਜ ਭਾਗ ਸੀ ਅਸੀਂ ਬਥੇਰਾ ਜੋਰ ਲਾਇਆ ਬਥੇਰਾ ਕਹਿੰਦੇ ਰਹੇ ਆ ਜਾ ਕੇ ਆ ਇਸ ਸੈਸ਼ਨ ਚ ਆ ਤੁਸੀਂ ਫੇਰ ਕੁਝ ਦਿਨਾਂ ਚੋਂ ਸੁਣੋਗੇ ਵੀ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਕਵਾਂਗੇ ਵੀ ਐਸਜੀਪੀਐਸ ਦੀ ਭਾਈ ਇਲੈਕਸ਼ਨ ਕਰਾਓ ਪਰ ਉਹਨਾਂ ਚਰ ਰਾਜ ਭਾਗ ਇਹਨਾਂ ਕੋਲੇ ਹਮੇਸ਼ਾ ਰਿਹਾ ਜਿਹੜਾ ਇਹ ਗਾਣਾ गा ਰਿਹਾ ਉਸ ਤੇ ਬਾਤ ਚਾਵਾਂਗੇ ਪਰ ਮੈਂ ਉਸ ਤੇ ਆਵਾਂ ਪਹਿਲਾਂ ਜਥੇਦਾਰ ਸਾਹਿਬ ਤੇ ਵੀ ਜਥੇਦਾਰ ਸਾਹਿਬ ਅੱਜ ਅੱਜ ਕਿਉਂ ਜ਼ਮਾਨਤਾਂ ਜਬਤ ਹੋ ਰਹੀਆਂ ਕਾਲੀ ਦਲ ਦੀਆਂ ਪੰਥ ਦੂਰ ਨਹੀਂ ਹੋਇਆ ਕੌਮ ਦੂਰ ਨਹੀਂ ਹੋਈ ਇਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਪ੍ਰਧਾਨ ਦੂਰ ਹੋ ਗਏ ਕੌਮ ਤੇ ਪੰਥ ਤੋਂ ਤੁਸੀਂ ਇੱਕ ਗੱਲ ਮੈਂ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ ਮੈਂ ਤੁਹਾਡੇ ਕੁਐਸਚਨ ਦਾ ਵੀ ਮੈਂ 2 ਮਿੰਟ ਮੈਨੂੰ ਦੀਏ ਉਹ ਮੌਕਾ ਮਿਲੇਆ ਜੀ ਜੀ ਦੇਖੋ ਸਾਡਾ ਕਿਹੜਾ ਦਿਲ ਨਹੀਂ ਦੁਖਦਾ ਬਈ ਐਸਜੀਪੀਸੀ ਦੇ ਪ੍ਰਧਾਨ ਦਿੱਲੀ ਗੁਰਦੁਆਰਾ 15 ਕੀਟੀ ਦੇ ਪ੍ਰਧਾਨ ਦੋ ਚੰਦੂ ਮਾਜਰਾ ਸਾਹਿਬ ਸਾਡੇ ਆਪਣੇ ਹੋਰ ਸੀਨੀਅਰ ਅਕਾਲੀ ਦਲ ਦੇ ਜਿਹੜੇ ਲੀਡਰ ਸੇਵਨ ਉਹ ਆ ਜਿਵੇਂ ਇੱਕ ਪੋਰਚ ਬਣਿਆ ਹੈ ਬਾਹਰ ਪੋਰਚ ਨਹੀਂ ਜਿਵੇਂ ਸੰਤਰੀ ਦੀ ਪੋਸਟ ਆ 5x5 ਦੀ ਜਿੱਥੇ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਸੰਤਰੀ ਦੀ ਪੋਸਟ ਸੰਤਰੀ ਖੜਦਾ ਹੈ ਉਹਦੇ ਵਿੱਚ ਇਹ ਸਾਰੇ ਲੋਕ ਨੇ ਜਿਹੜੇ ਵਰਦੇ ਮੀਂਹ ਚ ਭੁੰਦਰ ਸਾਹ ਵਰਗੇ ਉਹ ਮੀਂਹ ਦੇ ਵਿੱਚ ਉਹਨਾਂ ਨੇ ਖੜੇ ਰੱਖੇ ਇਹ ਇਦੋਂ ਕਮਜ਼ੋਰੀ ਦੀ ਗੱਲ ਪਰ ਕਿਉਂ ਇਹ ਵੀ ਦੇਖੋ ਮੇਰੇ ਮੇਰੀ ਗੱਲ ਕਿਸੇ ਨੂੰ ਗਲਤ ਲੱਗ ਸਕਦੀ ਆ ਪਰ ਕਿ ਜਿੱਥੇ ਦਿੱਲੀ ਕੀ ਦਿੱਲੀ ਤਾਂ ਆ ਕੇ ਉਹਰੇ ਹੱਥ ਜੋੜ ਕੇ ਖੜਦੀ ਸੀ ਭਾਈ ਦੱਸੋ ਮਾਸਟਰ ਤਾਰਾ ਸਿੰਘ ਅਰਗੇ ਬੜੇ 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 ਲੀਡਰ ਮੈਂ ਹੁਣ ਨੌਕੀ ਲਵਾਂ ਹਿਸਟਰੀ ਚ ਸਾਰਿਆਂ ਨੂੰ ਪਤਾ ਏ ਪਰ ਅੱਜ ਉਹਨਾਂ ਨੇ ਬਾਹਰ ਮਿਲੇ ਮਿਲੇ ਤੱਕ ਨਹੀਂ ਕਿਉਂ ਕਿਉਂਕਿ ਅਜੰਡਾ ਕੱਲ ਦਾ ਜਿਹੜੇ ਇਸ਼ੂ ਵਾਸਤੇ ਉਹ ਗਏ ਐ ਤੁਸੀਂ ਤਾਂ ਉਸ ਇਸ਼ੂ ਦੇ ਨਾਲ ਸਹਿਮਤ ਹੀ ਨਹੀਂ ਤੁਸੀਂ ਤੁਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੈਂ ਉਸਤੇ ਹੀ ਆਉਂਦਾ ਨਾ ਵੀ ਮੇਰੀ ਉਹਨਾਂ 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 ਦੇ ਨਾਲ ਅੱਜ ਵੀ ਮੈਨੂੰ ਮੇਰੀ ਭਾਵਨਾ ਹੈ ਕਿਉਂਕਿ ਉਹ ਇੱਕ ਪੰਜਾਬੀ ਨੇ ਗੁਰੂ ਦੇ ਸਿੱਖ ਨੇ ਪਰ ਜਿਹੜੀ ਹੁਣ ਤੁਸੀਂ ਗੱਲ ਕਹੀ ਬਈ ਗਰਾਵਟ ਕਿਵੇਂ ਆਉਂਦੀ ਆ ਮੈਂ ਉਸਤੇ ਵੀ ਆਉਣਾ ਗਰਾਵਟ ਕਿਵੇਂ ਆਉਂਦੀ ਆ ਜਿਹੜੀ ਵੀ ਐਸਜੀਪੀਸੀ ਦੀ ਗੋਲਕ ਚ ਗਰੀਬ ਜਿੰਨਾ ਵੀ ਪੈਸਾ ਜਾਂਦਾ ਉਹ ਪੈਸਾ ਕਿਸ ਲਈ ਵਰਤਿਆ ਜਾਂਦਾ ਬਈ ਭਾਈ ਬੜਿਆਂ ਤੋਂ ਵੱਡੇ ਜਿਹੜੇ ਐਸਜੀਪੀਸੀ ਮੈਂਬਰ ਨੇ ਪ੍ਰਬੰਧਕ ਨੇ ਉਹਨਾਂ ਦੇ ਕਰੋੜਾਂ ਰੁਪਏ ਗੱਡੀਆਂ ਡੀਜ਼ਲ ਪੈਟਰੋਲ ਖਰਚ ਜਿੰਨੀਆਂ ਐਸਜੀਪੀਸੀਆਂ ਜ਼ਮੀਨਾਂ ਨੇ ਉਹ ਸਾਰੀ ਪੋਲੀਟੀਕਲ ਬੰਦਿਆਂ ਨੂੰ ਦਿੱਤੀਆਂ ਹੋਈਆਂ ਨੇ ਉਹ ਲੋਕ ਦੇਖਦੇ ਨਹੀਂਗੇ ਜਿੰਨੇ ਵੀ ਗੁਰਦੁਆਰੇ ਨੇ ਜਿੱਥੇ ਕਾਰ ਸੇਵਾ ਹੁੰਦੀ ਆ ਤੁਸੀਂ ਕਹੋਗੇ ਇਲਜ਼ਾਮ ਨੇ ਜਿੰਨੇ ਵੀ ਗੁਰਦੁਆਰਿਆਂ ਦੀ ਕਾਰ ਸੇਵਾ ਹੈ ਉਹ ਚ ਕਰੋੜਾਂ ਰੁਪਈਆ ਐਸਜੀਪੀਸੀ ਲੈਂਡ ਦੇਣ ਕਰਦੀ ਆ ਜਿੰਨਾ ਐਸਜੀਪੀਸੀ ਮੈਂਬਰਾਂ ਨੂੰ ਕੱਲੇ ਕੱਲੇ ਨੂੰ ਗੁਰਦੁਆਰਾ ਸਾਂਭਿਆ ਹੋਇਆ ਭਾਈ ਵੀ ਇੱਥੇ ਦੀ ਲੰਗਰ ਦੀ ਇੱਥੇ ਦੀ ਗੜਾ ਪ੍ਰਸ਼ਾਦ ਇਹ ਤੇਰੇ ਕੋਲ ਆ ਤੂੰ ਇਹ ਗੁਰਦੁਆਰਾ ਦੇਖ ਲੱਖਾਂ ਕਰੋੜਾਂ ਦਾ ਉਹਦੇ ਵਿੱਚ ਕਪਲਾ ਹੁੰਦਾ ਏ ਕਿਉਂ ਨਹੀਂ ਪੰਥ ਦੂਰ ਕਿਵੇਂ ਨਾ ਹੋਵੇ ਪਾਈ ਤੁਸੀਂ ਕਿਹੜੀ ਯੂਨੀਵਰਸਿਟੀ ਕਿਹੜਾ ਸਕੂਲ ਕਿਹੜੇ ਕਾਲਜ ਖੋਲੇ ਆ ਜਿਹੜੇ ਕੀ ਧਰਮਨਾ ਜੋੜਨ ਦੀ ਗੱਲ ਕੀਤੀ ਆ ਮੈਨੂੰ ਇਹ ਗੱਲ ਪਹਿਲਾਂ ਦੱਸੋ ਦੂਜੀ ਗੱਲ ਜਿਹੜੀਆਂ ਤੁਸੀਂ ਬੰਦਿਆਂ ਦੀ ਗੱਲ ਕੀਤੀ ਆ ਦੇਖੋ ਇਹ ਬੰਦੇ ਉਹ ਨੇ 26 ਜਨਵਰੀ 15 ਅਗਸਤ ਹੂੰ ਦੋ ਦਿਹਾੜੇ ਲਾ ਲਓ ਬਾਕੀ ਜਿਹੜੇ ਸਭ ਤੋਂ ਵੱਡੇ ਸਾਡੇ ਦੇਸ਼ ਦੇ ਆ 15 ਅਗਸਤ ਆਉਣ ਵਾਲੀ ਆ ਇਹ ਹਰ ਰੇਲਵੇ ਸਟੇਸ਼ਨ ਤੇ ਹਰ ਬੱਸ ਸਟੈਂਡ ਤੇ 에어ਪੋਰਟ ਤੇ ਜਿੰਨੀਆਂ ਵੀ ਸਰਕਾਰੀ ਬਿਲਡਿੰਗਾਂ ਇੰਪੋਰਟੈਂਟ ਉਹਦੇ ਉੱਤੇ ਸਭ ਤੋਂ ਵੱਡੇ ਚੋਰਾਂ ਦੀ ਜੇਬ ਕਤਰਿਆਂ ਦੀ ਸਭ ਤੋਂ ਵੱਡੇ ਟੈਰਰਿਸਟਾਂ ਦੀ ਉਹਨਾਂ ਦੀਆਂ ਫੋਟੋਆਂ ਲੱਗਦੀਆਂ ਨੇ ਲੱਗਦੀਆਂ ਨੇ ਵੀ ਇਹਨਾਂ ਤੇ ਇੰਨੇ ਲੱਖ ਨਾਮ ਆਏ ਤੇ ਇੰਨਾ ਲੱਖ ਆ ਫਲਾਨਾ ਜੇ ਹੁਣ ਇਹ 13 ਦੇ 13 ਬੰਦਿਆਂ ਦੀਆਂ ਉਹ ਫੋਟੋਆਂ 26 ਜਨਵਰੀ 15 ਅਗਸਤ ਨੂੰ ਇਹ ਹਰ ਜਗ੍ਹਾ ਲੱਗਦੀਆਂ ਫੋਟੋਆਂ ਵੀ ਇਹ ਮੋਸਟ ਖਤਰਨਾਕ ਬੰਦੇ ਆ ਉਹਨਾਂ ਦੀ ਰਿਹਾਈ ਲਈ ਤੁਸੀਂ ਲੈ ਲੈਣੀਆਂ ਕੱਢ ਰਹੇ ਹੋ ਉਹ ਕੋਈ ਕਾਨੂੰਨ ਦੀ ਤਾਕਤ ਕਾਨੂੰਨ ਨਾ ਨਾ ਜੇ ਮੰਨਦੇ ਹੋ ਉਹਨਾਂ ਨੇ ਉਹਨੂੰ ਸਜ਼ਾ ਦਿੱਤੀਆਂ ਕੋਈ ਛੱਡ ਹੀ ਨਹੀਂ ਸਕਦਾ ਮੈਂ ਤੋ ਲਿਖ ਕੇ ਲਿਖਾ ਲਓ ਲਿਖ ਕੇ ਮੈਂ ਤੇ ਦੇ ਦੇਣਾ ਤੁਹਾਨੂੰ ਵੀ ਚਾਹੁੰਦੇ ਹੋ ਭਾਈ ਰਾਜੋ ਆਣਾ ਭਾਈ ਹਵਾਰਾ ਰਵਨੀਤ ਬਿੱਟੂ ਦਾ ਦਿਲ ਕੀ ਚਾਹੁੰਦਾ ਹੈ ਰਜੀਵ ਗਾਂਧੀ ਦੇ ਕਾਤਲ ਬਾਹਰ ਆ ਗਏ ਹੈ ਨਹੀਂ ਆਏ ਗਲਤ ਗੱਲ ਹੈ ਬਿਲਕੁਲ ਨਹੀਂ ਆਇਆ ਕੋਈ ਬਿਲਕੁਲ ਨਹੀਂ ਆਇਆ ਨਾਲੇ ਜੇ ਉਹਨਾਂ ਨੇ ਜਿਹੜੀ ਸੋਨੀਆ ਗਾਂਧੀ ਚਲੋ ਬਹੁਤ ਕੁਝ ਪਿਆ ਹੈ ਇਤਿਹਾਸ ਦੇ ਵਿੱਚ ਭਾਈ ਬ ਬਹੁਤ ਸਾਰੇ ਐਸੀਆਂ ਐਗਜ਼ਾਮਪਲਸ ਨੇ ਜਿਹੜੇ ਬਾਰੇ ਤੁਹਾਡਾ ਤੁਹਾਡਾ opinion ਕੀ ਹੈ ਤੁਹਾਡਾ ਦਿਲ ਕੀ ਕਹਿੰਦਾ ਹੈ ਮੈਂ ਦੇਖੋ ਪਹਿਲਾਂ ਤਾਂ ਮੈਨੂੰ ਅਕਾਲ ਤਖਤ ਸਾਡੇ ਜਥੇਦਾਰੀ ਦੱਸ ਦੇਣ ਜਾਂ ਮੈਨੂੰ ਸਿੱਖ ਪੰਥ ਜਿਹੜਾ ਇਹ ਜੀਆਂ ਗੱਲਾਂ ਕਰਦਾ ਉਹ ਦੱਸ ਦੇਣ ਜਦੋਂ ਸਾਰਾ ਖਾਲਸਾ ਪੰਥ ਇਕੱਠਾ ਹੋਇਆ ਸੀ ਤੁਹਾਨੂੰ ਯਾਦ ਹੋਣਾ ਜਦੋਂ ਲੱਖਾਂ ਦਾ ਇਕੱਠ ਸਰਬੱਤ ਖਾਲਸਾ ਹੋਈ ਉੱਥੇ ਅਨਾਉਂਸ ਇਹ ਹੋਇਆ ਵੀ ਅੱਜ ਤੋਂ ਬਾਅਦ ਜਥੇਦਾਰ ਕੌਣ ਹੈ ਕੁਟਾਰ ਸਿੰਘ ਹਵਾਰਾ ਫਲਾਨੇ ਤਖ ਦਾ ਜੱਥੇਦਾਰ ਮੰਡ ਫਲਾਨੇ ਸਾਹਿਬ ਦਾ ਦਾਦੂਵਾਲ ਫਲਾਨੇ ਸਾਹਿਬ ਦਾ ਦੂਜਾ ਪਹਿਲਾਂ ਇਹ ਦੱਸੋ ਜੱਥੇਦਾਰ ਸਾਹਿਬ ਵੀ ਤੁਸੀਂ ਅਸਲੀ ਜੱਥੇਦਾਰ ਹੋ ਜਾਂ ਹਵਾਰਾ ਜੱਥੇਦਾਰ ਆ ਇਹ ਪਹਿਲਾਂ ਪਹਿਲਾਂ ਪੰਥ ਨੂੰ ਸੁਖਵੀਰ ਸਿੰਘ ਬਾਦਲ ਤੇ ਇਹ ਦੱਸਣ ਵੀ ਕਿਨੂੰ ਜੱਥੇਦਾਰ ਮੰਨਦੇ ਹੋ ਤੁਸੀਂ ਇਹ ਜੱਥੇਦਾਰ ਨੇ ਜਾਂ ਜਿਨ੍ਹਾਂ ਦੀ ਤੁਸੀਂ ਅਜੇ ਰਿਹਾਈਆਂ ਮੰਗ ਰਹੇ ਹੋ ਉਹ ਜੱਥੇਦਾਰ ਨੇ ਮੇਰਾ ਬੜਾ ਸਿੰਪਲ ਸਵਾਲ ਹੈ ਰਵਨੀਤ ਬਿੱਟੂ ਦਾ ਦਿਲ ਕੀ ਕਹਿੰਦਾ ਹੈ ਰਵਨੀਤ ਬਿੱਟੂ ਨੇ ਆਪਦੇ ਦਾਦਾ ਗਵਾਏ ਨੇ ਰਵਨੀਤ ਬਿੱਟੂ ਅੱਜ ਇੰਨੇ ਸਾਲਾਂ ਤੋਂ ਬਾਅਦ ਕੀ ਮਹਿਸੂਸ ਕਰਦੇ ਆ ਚਾਹੇ ਉਹ ਭਾਈ ਹਵਾਰਾ ਹੋਣ ਚਾਹੇ ਭਾਈ ਰਾਜੂਆਣਾ ਹੋਣ ਦੇਖੋ ਮੇਰੇ ਚ ਜਿੰਨਾ ਚਿਰ ਸਾਹ ਚ ਸਾਹ ਹੈ ਤੇ ਕਾਨੂੰਨ ਪ੍ਰੈਜ਼ੀਡੈਂਟ ਛੱਡ ਦੇ ਛੱਡ ਦੇਣ ਉਹ ਤੇ ਮੇਰਾ ਉਹ ਮੈਂ ਕਾਨੂੰਨ ਨੂੰ ਮੰਨੂਗਾ ਪਰ ਜਿੰਨਾ ਚਿਰ ਮੇਰੇ ਚ ਦਮ ਚਦਾਮਾ ਮੈਂ ਪੂਰੀ ਬਾਹ ਲਾਉਂਗਾ ਵੀ ਇਹ ਬਾਹਰ ਇੱਕ ਦਿਨ ਤੱਕ ਹੀ ਇੱਕ ਸਕਿੰਟ ਲਈ ਨਾ ਸਕਣ ਕਿਉਂ ਮੇਰੇ ਮੂਰੇ ਆ ਤਸਵੀਰਾਂ ਜਿਹੜੀਆਂ ਜਦੋਂ ਮੈਂ ਦੇਖਦਾ ਨਾ ਆਹ ਤਸਵੀਰਾਂ ਨੇ ਜਿਹੜੀਆਂ ਲੋਕ ਨਿਹੱਤੇ ਇਹਨਾਂ ਨੇ ਆ ਆ ਆ ਤਸਵੀਰਾਂ ਨੇ ਸੈਕਟਰੀਏਟ ਦੀਆਂ ਆ ਆ ਲਾਸ਼ਾਂ ਦੇਖੋ ਕਿਵੇਂ ਪਈਆਂ ਇਹ 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 ਕਿਸੇ ਦੇ ਪੁੱਤ ਨਹੀਂ ਸੀ ਇਹ ਇਹ ਇੱਕ ਇਹ ਜਥੇਦਾਰ ਸਾਹਿਬ ਨੂੰ ਜਾਂ ਦਿਖਦੇ ਨਹੀਂਗੇ ਇਹ ਕਿਸੇ ਦੇ ਪੁੱਤ ਨਹੀਂ ਸੀ ਇਹ ਸੈਕਟਰੀਏਟ ਚ ਆ ਲਾਸ਼ਾਂ ਜਿਹੜੀਆਂ ਪਈਆਂ ਇਹ 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 ਕੌਣ ਸੀ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਮੈਂ ਬਾਹਰ ਆਉਣ ਦੇ ਦਵਾ ਆ ਆ ਆ ਦ੍ਰਿਸ਼ ਸੀ ਸੈਕਟਰੀਏਟ ਦੇ ਮੈਂ ਸਰਦਾਰ ਬਿਆਨ ਸਿੰਘ ਦੀ ਗੱਲ ਹੀ ਨਹੀਂ ਕਰਦਾ ਉਹ 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 ਉਹਨਾਂ ਦੀ ਕੋਈ ਪਰਵਾਹ ਨਹੀਂ ਉਹ ਕਹਿੰਦੇ ਸੀ ਵੀ ਮੈਂ ਤਾਂ ਇਹਨਾਂ ਨੂੰ ਖਤਮ ਕਰਨਾ ਟੈਰਰਿਜ਼ਮ ਨੂੰ ਅਮਨ ਸ਼ਾਂਤੀ ਲਿਆਉਣੀ ਹੈ। ਕੌਮ ਇਹਨਾਂ ਨੂੰ ਕੌਮ ਦੇ ਰੱਖੇ ਕਿਉਂ ਕਹਿੰਦੀ ਹੈ? ਕੌਮ ਇਹਨਾਂ ਨੂੰ ਕਿਉਂ? ਕਿਹੜੀ ਕੌਮ ਕਹਿੰਦੀ ਹੈ? ਇਹਨਾਂ ਇਹਨਾਂ ਦੀ ਇੱਜ਼ਤ ਕਰਦੀ ਹੈ 25000 ਤੋਂ ਵੱਧੋ ਕਹਿੰਦੇ ਸਿੰਘ ਜਿਹੜੇ ਉਸ ਕਾਲ ਚ ਮਾਰੇ ਗਏ ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਆਵਾਜ਼ ਚੁੱਕੀ ਸੀ ਕੀ ਤੁਸੀਂ ਉਸ ਤੋਂ ਮੁਨਕਰ ਹੋ ਨਿਓ? ਮੈਂ ਕਿਹਾ ਮੈਂ ਖਾਲੜਾ ਸਾਹਿਬ ਦੀ ਗੱਲ ਤੁਨੂੰ ਮੈਂ ਕੀ ਤਵੱਜੋ ਦਿੰਨਾ ਹੈ। ਪਰ ਮੇਰੀ ਗੱਲ ਸੁਣੋ ਵੀ ਅੱਜ ਜੇ ਜਥੇਦਾਰ ਸਾਹਿਬ ਜਾਂ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਰਾਜਵਾਨੇ ਦੀ ਭੈਣ ਨੂੰ ਖੜਾ ਕੀਤਾ ਲੋਕਾਂ ਨੇ ਸਭ ਤੋਂ ਥੱਲੇ ਸਭ ਤੋਂ ਥੱਲੇ ਸਭ ਤੋਂ ਥੱਲੇ ਜਿਹੜਾ ਕੈਂਡੀਡੇਟ ਆ ਉਹ 34000 ਵੋਟਾਂ ਤੇ ਡੈਮੋਕ੍ਰੇਸੀ ਤੇ ਚਲੋ ਉਹ ਹੋਈ 2 ਤੋਂ 3000 ਵੋਟ ਹਰ ਵਿਧਾਨ ਸਭਾ 'ਚ ਪਈ ਉਹ ਭੈਣ ਨੇ ਬਥੇਰਾ ਕਿਹਾ ਰਾਜੋਆਣੇ ਦੀ ਗੱਲ ਕੀਤੀ ਬੰਦੀ ਸਿੱਖਾਂ ਦੀ ਗੱਲ ਕੀਤੀ ਤੇ 2 ਤੋਂ 3000 ਬੰਦੇ ਆ ਨਾ ਸਾਰੇ 9 ਵਿਧਾਨ ਸਭਾ 'ਚ 34000 ਬੰਦਾ ਟੋਟਲ ਇੰਨੇ ਕੀ ਸਾਰੀ ਵਿਧਾਨ ਸਭਾ 'ਚ ਬਾਕੀ ਐਡ ਕਰ ਲੋ ਕਿੰਨੇ ਕੁ ਬੰਦੇ ਨੇ ਲੱਖ ਬੰਦਾ ਬਣਾ ਹੋਇਆ ਤੇ ਜੇ ਤੁਸੀਂ 2 ਲੱਖ ਬੰਦਿਆਂ ਨੂੰ ਪੰਥ ਕਹਿੰਦੇ ਹੋ ਤਾਂ ਫਿਰ ਤਾਂ ਬੜੀ ਮਾੜੀ ਗੱਲ ਹੈ ਇਹ ਤਾਂ ਇੰਡੀਕੇਸ਼ਨ ਸਾਹਮਣੇ ਆ ਗਿਆ ਵੀ ਜਿਹੜੇ ਬੰਦੀ ਸਿੱਖਾਂ ਨੀਲ ਵੋਟ ਮੰਗਣ ਖੜੇ ਉਹ ਤਾਂ ਗਿਣਤੀ ਚ 4-5 ਲੱਖ ਨੇ ਹਾਂ 3 ਕਰੋੜ ਵਾਦੀ ਚ ਤੇ ਇਸ ਕਰਕੇ ਉਹ ਉਹ ਫਿਰ ਬਿੱਟੂ ਜੀ ਐਸ ਸਾਹਿਬ ਨਾਲ ਤਾਂ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਲੋਕਾਂ ਨੇ ਉੱਥੇ ਪਰ ਤੁਸੀਂ ਇਹ ਕਹੋਗੇ ਪਪੂਲਰ opinion ਹੈ ਸੰਗਰੂਰ ਜ਼ਿਲ੍ਹੇ ਦਾ ਸੰਗਰੂਰ ਕੌਨਸਟਿਟੂਐਂਸੀ ਦਾ ਕਿ ਲੋਕ ਖਾਲਿਸਤਾਨ ਚਾਹੁੰਦੇ ਉੱਥੇ ਉਹਨਾਂ ਨੇ ਇਸ ਵਾਰ ਬਿਲਕੁਲ ਖਾਲਿਸਤਾਨ ਦੇ ਨਾਂ ਤੇ ਵੋਟ ਹੀ ਨਹੀਂ ਮੰਗੀ ਇਹ ਤੁਸੀਂ ਮੈਨੂੰ ਇੱਕ ਵੀ ਉਹਨਾਂ ਦਾ ਸਪੀਚ ਪਰ ਉਹਨਾਂ ਦੀ ਗੱਲ ਨਾ ਛੇੜੋ ਉਹ ਤਾਂ ਭਗਤ ਸਿੰਘ ਨੂੰ ਹੁਣ ਦੇਖੋ ਕੀ ਕੁਛ ਕਹੀ ਜਾਂਦੇ ਆ ਉਹ ਤਾਂ ਲੋਕ ਵਿਚਾਰੇ ਪਛਤਾਉਂਦੇ ਆ ਜਿਹੜੀਆਂ ਵੋਟਾਂ ਪਾਤੀਆਂ ਜਿਹੜੇ ਭਗਤ ਸਿੰਘ ਜੀ ਨੂੰ ਮਤਲਬ ਅਤਵਾਦੀ ਕਹੀ ਜਾਂਦੇ ਆ ਉਹਨਾਂ ਦੀ ਗੱਲ ਆਪਾਂ ਨਾ ਹੀ ਛੇੜੀਏ ਗੱਲ ਤਾਂ ਇਹਨਾਂ ਦੀ ਸੀ ਵੀ ਇਹਨਾਂ ਨੂੰ ਕਿੱਥੇ ਰੱਖਿਆ ਬੰਦੀ ਸਿੰਘਾਂ ਵਾਲੀ ਗੱਲ ਨੂੰ ਜਿਹੜੇ ਇਹ 13 15 ਦੀ ਗੱਲ ਕਰਦੇ ਆ ਉਹਨਾਂ ਦੀ ਭੈਣ ਜਿਹੜੀਆਂ ਚਿੱਠੀਆਂ ਰੋਜ਼ ਰਾਜੋਵਾਨੇ ਦੀਆਂ ਹਵਾਰੇ ਦੀਆਂ ਦੂਜੀਆਂ ਚਿੱਠੀਆਂ ਉਹਨਾਂ ਲੋਕਾਂ ਨੇ ਹਾਲ ਕੀ ਕੀਤਾ ਬੜੀਆਂ ਸਥਿਤੀਆਂ ਜਿਹੜੀਆਂ ਨੇ ਹੁਣ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਜੇ ਸਿਮਰਜੀਤ ਸਿੰਘ ਮਾਨ ਕਾਲਿਸਤਾਨ ਦੀ ਗੱਲ ਕਰਦੇ ਤਾਂ ਲੋਕੇ ਸੌਂ ਚੱਕਦੇ ਪਾਰਲੀਮੈਂਟ ਵਿੱਚ ਕਿੱਥੇ ਸਾਰੇ ਐਮਪੀਆ ਨੇ ਸੌਂ ਚੱਕੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਬਜ਼ੁਰਗ ਨੇ ਪਰ ਸੌਂ ਤਾਂ ਸੌਂ ਹੈ ਵੀਡੀਓ ਸਾਰਿਆਂ ਦੇ ਸਾਹਮਣੇ ਹੈ ਇਹ ਡਿਜੀਟਲ ਜ਼ਮਾਨਾ ਹੈ ਤੇ ਦੇਸ਼ ਦੀ ਸੌਂ ਖਾਦੀ ਨਾ ਦੇਸ਼ ਦੀ ਸੌਂ ਚੱਕੀ ਇਸ 'ਚ ਗਲਤ ਕੀ ਕੀਤਾ ਨਹੀਂ ਲਾਉਂਦੇ ਖਾਲਿਸਤਾਨ ਦਾ ਨਾਰਾ ਇਸ 'ਚ ਗਲਤ ਕੀ ਕੀਤਾ ਫਿਰ ਖਾਲਿਸਤਾਨ ਕਿੱਥੇ ਗਿਆ ਜਿਸ ਜਿਸ ਸੰਵਿਧਾਨ ਦੇ ਤਹਿਤ ਪਾਰਲੀਮੈਂਟ 'ਚ ਬੈਠਣਾ ਸੌ ਤਾਂ ਉਹਦੀ ਚੁੱਕਣੀ ਨਹੀਂ ਫਿਰ ਮੈਂ ਉਹੀ ਕਹਿਣਾ ਨਾ ਉੱਥੇ ਜਾ ਕੇ ਖਾਲਿਸਤਾਨ ਦੀ ਸੌ ਕਿਵੇਂ ਚੁੱਕ ਸਕਦੇ ਮੈਂ ਕਿ ਖਾਲਿਸਤਾਨ ਦਾ ਨਾਰਾ ਹੀ ਲਾ ਦਿੰਦੇ ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਹਿਸਟਰੀ ਰਿਪੀਟ ਹੋਵੇ ਫਿਰ ਤੁਸੀਂ ਰਵਨੀਤ ਬਿੱਟੂ ਕਹਿੰਦਾ ਕਿ ਦੇਖੋ ਸਿਮਰਨਜੀਤ ਮਾਨ ਗਏ ਫਿਰ ਉਹੀ ਕੁਸ਼ ਕਰਕੇ ਵਾਪਸ ਆ ਗਏ ਮੈਂ ਤਾਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਨਾ ਵੀ ਇਹ ਅੰਦਰ ਲੀਆਂ ਗੱਲਾਂ ਹੋਰ ਨੇ ਬਾਹਰ ਲੀਆਂ ਗੱਲਾਂ ਹੋਰ ਨੇ ਕੀ ਨੇ ਅੰਦਰ ਲੀਆਂ ਗੱਲਾਂ ਕੀ ਨੇ ਜੋ ਉਹ ਦੇਸ਼ ਦੀ ਸੋਚ ਕੇ ਆਏ ਉਹਨਾਂ ਦੇ ਇੰਕਾਊਂਟਰ ਦੀਆਂ ਗੱਲਾਂ ਹੁਣ ਤੁਹਾਡੇ ਸਾਹਮਣੇ ਆ ਰਹੀਆਂ ਹਜੇ ਕੋਈ ਭੁਲਿਖਾ ਰਹਿ ਗਿਆ ਹਜੇ ਕੋਈ ਭੁਲਿਖਾ ਰਹਿ ਗਿਆ ਪਰ ਉਸੇ ਸੰਵਿਧਾਨ ਦੇ ਤਹਿਤ ਹੀ ਉਹ ਕਹਿੰਦੇ ਉਦੋਂ ਜੇ ਡੀਸੀ ਨੇ ਹੁਕਮ ਕੀਤਾ ਤਾਂ ਇੰਕਾਊਂਟਰ ਹੋਇਆ ਉਦੋਂ ਮੈਂ ਮੰਨਦਾ ਉਹੀ ਆਈਪੀਐਸ ਰਹੇ ਨੇ ਉਹੀ ਐਸਐਸਪੀ ਡੀਆਈਜੀ ਇਸ ਦੇਸ਼ ਦੇ ਸੰਵਿਧਾਨ ਥੱਲੇ ਰਹੇ ਨੇ ਉਸੇ ਤਰੀਕੇ ਨਾਲ ਇੰਕਾਊਂਟਰ ਜਿਵੇਂ ਬਾਕੀ ਪੁਲਿਸ ਨੂੰ ਕਹਿੰਦੇ ਆ ਕਰਦੀ ਉਹ ਕਰਦੇ ਰਹੇ ਨੇ ਸਮਝੋ ਇਦੋਂ ਵੱਧ ਹੁਣ ਹੁਣ ਹੋਰ ਉਹਨਾਂ ਦਾ ਕੀ ਲੋਕਾਂ ਦੇ ਮੂਹਰੇ ਆ ਗਿਆ ਤੁਹਾਨੂੰ ਇਸ ਬਿਆਨ ਤੇ ਕੀ ਲੱਗਦਾ ਜਿੱਥੇ ਉਹ ਕਹਿੰਦੇ ਆ ਕਿ ਮੇਰੇ ਨਾਨਾ ਜੀ ਨੇ ਦਰਬਾਰ ਸਾਹਿਬ ਬਚਾਉਣ ਖਾਤਰ ਉਹ ਸਰੋਪਾ ਪਾਇਆ ਸੀ ਜਰਨਲ ਡਾਇਰ ਨੂੰ ਉਹ ਕਹਿੰਦੇ ਕਿ ਇੰਦਰਾ ਗਾਂਧੀ ਨੂੰ ਵੀ ਜੇ ਸਰੋਪਾ ਪਾ ਦਿੰਦੇ ਜਾਂ ਬਾਦਲ ਤੇ ਟੋੜਾ ਸਾਹਿਬ ਜਾ ਕੇ ਮਨਾ ਲੈਂਦੇ ਤਾਂ ਸ਼ਾਇਦ 84 ਨਾ ਵਾਪਰਦਾ ਮੇਰੀ ਬੇਨਤੀ ਹੈ ਹੱਥ ਜੋੜ ਕੇ ਉਹਨਾਂ ਦੀ ਉਮਰ ਦਾ ਤਜ਼ਾ ਦੇਖ ਕੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਇਸ ਵੇਲੇ ਨੇ ਉਹਨੂੰ ਟੱਕਾ ਹੀ ਰੱਖੀਏ ਚੰਗਾ ਹੈ ਨਹੀਂ ਕਿਸੇ ਨੇ ਇਹ ਕਮੈਂਟ ਲਿਖਿਆ ਮੈਂ ਪੜ ਕੇ ਵੀ ਜੇ ਅੱਜ ਭਗਤ ਸਿੰਘ ਤੇ ਉਦਮ ਸਿੰਘ 'ਚ ਫਰਕ ਪਾਤਾ ਕੱਲ ਨੂੰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਫਰਕ ਨਾ ਪਾ ਦਿਓ ਰੱਬ ਦੇ ਵਾਸਤੇ ਇਹਨਾਂ ਦੀਆਂ ਗੱਲਾਂ ਇਹ ਪਤਾ ਨਹੀਂ ਕਿੰਨੇ ਇਹ ਟੌਰਚਰ ਹੋਏ ਹੋਏ ਨੇ ਜਦੋਂ ਟੈਰਰਿਜ਼ਮ 'ਚ ਜਾਂ ਇਹਨਾਂ ਨੇ ਕੀ ਕੁਝ ਕੀਤਾ ਹੋਇਆ ਰੱਬ ਜਾਣੇ ਇਹ ਮੁਲਕ 'ਚ ਸਧਾਰਨ ਗੱਲਾਂ ਨਹੀਂ ਗਈਆਂ ਭਗਤ ਸਿੰਘ ਯਾਰ ਆਪਾਂ ਅੱਜ ਤੱਕ ਪੜਦੇ ਲਿਖਦੇ 23 ਸਾਲ ਦਾ ਇਹ ਕਿਹੜਾ ਸੈਂਕੜੇ ਸਾਲ ਪੁਰਾਣੀਆਂ ਗੱਲਾਂ ਇਹ ਤਾਂ ਹੁਣ ਦੀਆਂ ਗੱਲਾਂ ਆ ਜਦੋਂ ਕੁਰਬਾਨੀ ਦੇਗੇ ਅੱਜ ਉਤੇ ਸਵਾਲ ਖੜਾ ਕਰਤਾ ਇਹ ਇਸ ਇਸ ਸੈਕਸ਼ਨ ਨੇ ਇਸ ਕਰਕੇ ਮਾਨ ਸਾਹਿਬ ਦੀ ਮੈਂ ਸਮਝਦਾ ਵੀ ਬਾਕੀਆਂ ਨੂੰ ਠੰਡਾ ਕਰਨ ਦੀ ਗੱਲ ਕਰਦੇ ਆ ਮੈਨੂੰ ਲੱਗਦਾ ਇਹਨਾਂ ਨੂੰ ਠੰਡਾ ਕਰਨਾ ਪੈਣਾ ਹੈ ਇਹਨਾਂ ਦੇ ਗੱਲ ਚ ਠੰਢੀ ਕੋਈ ਬਰਫ਼ ਦੇ ਹਾਰੂਦ ਪਾਉਣੇ ਚਾਹੀਦੇ ਆ ਵੀ ਬਸ ਭਾਈ ਮੀਡੀਆ ਵਾਲਿਆਂ ਨੂੰ ਵੀ ਮਾੜਾ ਜਿਹਾ ਕੁਝ ਦਿਨ ਇਹਨਾਂ ਨੂੰ ਸ਼ਾਂਤੀ ਦੇ ਦੇਣ ਕੁਝ ਤੇਰੇ ਨਹੀਂ ਮਤਲਬ ਅਹਿਰੀਆ ਚੁਣੇ ਹੋਏ ਨੁਮਾਇंदे ਨੇ ਜਿਹੋ ਜੇ ਤੁਸੀਂ ਐਮਪੀ ਉਹੋ ਜੇ ਉਹ ਐਮਪੀ ਥੋਡੀ ਗੱਲ ਸਿਰ ਮੱਥੇ ਤੇ ਉਹਨਾਂ ਦੀ ਗੱਲ ਵੀ ਸਿਰ ਮੱਥੇ ਇਹੀ ਤਾਂ ਇਹੀ ਤਾਂ ਬੱਗਾ ਪੰਗਾ ਪੈ ਗਿਆ ਉਹਰੇ ਲੋਕਤੰਤਰ ਡੈਮੋਕ੍ਰੇਸੀ ਚ ਇੰਨਾ ਕੁ ਲੋਕ ਮਤਲਬ ਯਾਰ ਅਗਲੀਆਂ ਪੀੜ੍ਹੀਆਂ ਕੀ ਪੜਨਗੀਆਂ ਸਾਡੇ ਭਗਤ ਸਿੰਘ ਬਾਰੇ ਮੈਂ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਬੁੱਤ ਤੇ ਕੁਝ ਲਿਖ ਦਿੱਤਾ ਗਿਆ ਇੱਕ ਜਗ੍ਹਾ ਤੇ ਕੀ ਆਪਾਂ ਕਰਨ ਲੱਗੇ ਹੋਏ ਆ ਕਾਲਿਸਤਾਨ ਜਿੰਦਾਬਾਦ ਲਿਖਿਆ ਗਿਆ ਮੈਂ ਇਹੀ ਕਹਿਣਾ ਨਾ ਵੀ ਲੋਕ ਅੱਜ ਸੰਗਰੂਰ ਦੇ ਇਹੀ ਪਿਛਤਾਉਂਦੇ ਰਹਿੰਦੇ ਆ ਦੁਬਾਰਾ ਦੁਬਾਰਾ ਵੀ ਯਾਰ ਕਿਹਨੂੰ ਜਿਤਾ ਦਿੰਨੇ ਆ ਇਹਨੂੰ ਜਿਤਾ ਦਿੰਨੇ ਆ ਜਿਹੜਾ ਮੁੜਕੇ ਸਾਨੂੰ ਬੋਝ ਲੱਗਣ ਲੱਗ ਜਾਂਦਾ ਤੁਮਰੂਰ ਚ ਹਰ 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 ਘਰ ਚ ਭਗਤ ਸਿੰਘ ਜੀ ਦੀ ਫੋਟੋ ਆ ਹਰ ਮਤਲਬ ਹਰ ਬੰਦਾ ਲਿਓ ਆਈਕਨ ਨੇ ਉਹਨਾਂ ਨੂੰ ਦੱਸੋ ਤੇ ਫਿਰ ਉਹ ਡਿਫੈਂਡ ਕਰੀ ਜਾਂਦੇ ਆ ਡਿਫੈਂਡ ਕਰੀ ਜਾਂਦੇ ਆ ਗੱਲ ਨੂੰ ਡਿਫੈਂਡ ਕਰੀ ਜਾਂਦੇ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਣਾ ਗਵਾਂਡੀ ਦੇਸ਼ ਪਾਕਿਸਤਾਨ ਉਹਦਾ ਫੌਜੀ ਬਾਹਰ ਖੜਾ ਪਾਕਿਸਤਾਨ ਦਾ ਹਮ ਆਪਣਾ ਹਿੰਦੁਸਤਾਨ ਦਾ ਬਾਰਡਰ ਤੇ ਖੜਾ ਹੈ ਫਾਇਰਿੰਗ ਹੋ ਜਾਂਦੀ ਆ ਆਪਾਂ ਉਹ ਦੁਸ਼ਮਣ ਆ ਆਪਣੇ ਲਈ ਨਾ ਆਪਾਂ ਉਹਨੂੰ ਮਾਰਦੇ ਆ ਪਾਕਿਸਤਾਨ ਲਈ ਉਹ ਸ਼ਹੀਦ ਆ ਹੂੰ ਮਾਰੇ ਆਪਾਂ ਜੇ ਉਹ ਸਾਡੇ ਸਪਾਈ ਨੂੰ ਮਾਰ ਦਿੰਦੇ ਆ ਤੇ ਅਸੀਂ ਇੱਥੇ ਤਰੰਗੇ ਨਾ ਉਹਦਾ ਸਨਮਾਨ ਕਰਦੇ ਆ ਵੀ ਉਹ ਸਾਡੇ ਲਈ ਸ਼ਹੀਦ ਆ ਉਹਨਾਂ ਲਈ ਦੁਸ਼ਮਣ ਆ ਇਸ ਕਰਕੇ ਇਸ ਗੱਲ ਨੂੰ ਮਤਲਬ ਪਰ ਸਾਡੀ ਸਰਕਾਰ ਨੇ ਤਾਂ ਅਜ ਤੱਕ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਨਹੀਂ ਸ਼ਹੀਦ ਤੋਂ ਉੱਤੇ ਆ ਜੀ ਉਹ ਸਰਕਾਰਾਂ ਸਰਪੁਰਾ ਨੇ ਦਰਜਾ ਸ਼ਹੀਦ-ਏ-ਆਜ਼ਮ ਉਹਦਾ ਉਹਦੀ ਉਹਦੀ ਪਾਰਲੀਮੈਂਟ ਤੁਸੀਂ ਆ ਕੇ ਦੇਖੋ ਕਿਸੇ ਦਾ ਉੱਡਾ मतलब ਉਸ ਦਾ ਬੋਤੀ ਨਹੀਂਗਾ ਜਿੱਡਾ ਵੱਡਾ ਪਾਰਲੀਮੈਂਟ ਚ ਜਿਹੜੇ ਉਹਨੂੰ ਨਤਮਸਤਕ ਹੋ ਕੇ ਰੋਜ਼ ਜਾਂਦੇ ਆ ਉਹਦੇ ਲਈ ਸ਼ਹੀਦ ਦਾ ਦਰਜਾ ਤਾਂ ਲੱਖਾਂ ਹੋ ਸਕਦੇ ਆ ਲੱਖਾਂ ਹੋ ਸਕਦੇ ਆ ਜੇ ਆਪਾਂ ਨਾਉ ਦਈਏ ਪਰ ਉਹ ਸ਼ਹੀਦ ਦੇ ਆਜ਼ਮ ਉਹਦੇ ਦਿਨ ਮਨਾਏ ਜਾਂਦੇ ਆ ਇਹ ਇਹ ਬਿਆਨ ਬਿੱਟੂ ਜੀ ਉਹਦੇ ਹਰ 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 ਫੋਟੋ ਜਿਹੜੀ ਆ ਉਹਨਾਂ ਦੀ ਹਰ ਬਿਲਡਿੰਗਾਂ ਚ ਲੱਗੀ ਆ ਕਿਸੇ ਹੋਰ ਦੀ ਨਾ ਲੱਗੀ ਖਾਲਿਸਤਾਨ ਦੇ ਸਵਾਲ ਤੇ ਜਥੇਦਾਰ ਕਾਲ ਤਖਸ ਦਾ ਪਿਛਲੇ ਸਾਲ 4 ਜੂਨ 6 ਜੂਨ ਦਾ ਇਹ ਬਿਆਨ ਸੀਗਾ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਦੇਣਗੇ ਤਾਂ ਅਸੀਂ ਲੈ ਲਾਂਗੇ ਖਾਲਸਾਤਨ ਤੁਸੀਂ ਬਤੌਰ ਸਿੱਖ ਕੀ ਸੋਚਦੇ ਹੋ ਇਹ ਜਥੇਦਾਰ ਜੀ ਖਾਲਸਾਤਨ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਤਾਂ ਆਪ ਕੱਲ ਤੁਹਾਡੀ ਮਤਲਬ ਉਹ ਤੁਹਾਨੂੰ ਕੇਜਰੀਵਾਲ ਨੇ ਤੁਹਾਨੂੰ ਆਖਿਰ ਉਹਨੂੰ ਲਾਲਾ ਕਹਿਣਾ ਪੈ ਗਿਆ ਦੇਖੋ ਮੈਂ ਬਾਰ ਬਾਰ ਕਹਿਆਂ ਤੋਂ ਸੁਣਿਆ ਵੀ ਇਹ ਗੱਲ ਇਹ ਕੀ ਕਹਿ ਰਿਹਾ ਫਰਸਟੇਸ਼ਨ ਚ ਜਥੇਦਾਰ ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਹਰ ਪੱਟ ਦੀ ਹਰ ਹਰ ਜਾਤ ਦੀ ਹਰ ਮਜਬਦ ਦੀ ਹਰ ਦੀ ਬਾਣੀ ਦਰਜ ਹਰ ਦੀ ਦਾਣੀ ਬਾਣੀ ਦਰਜ ਹਰ ਦੀ ਜਾਤ ਬਰਾਦਰੀ ਤੋਂ ਉੱਤੇ ਉੱਠ ਕੇ ਵੀ ਇਹ ਪਾੜਾ ਨਾ ਪਵੇ ਇਹ ਖੀਰ ਲਾਲਾ ਕਹਤਾ ਉਹ ਜ਼ਥੇਦਾਰ ਸਾਹਿਬ ਸਾਡੇ Hindu Sikh ਚ ਫਰਕ ਪਾ ਰਹੇ ਔਰ ਇਹ ਪੰਜਾਬ ਚ ਤੇ ਤੁਸੀਂ ਜਿਹੜੀ ਗੱਲ ਕਹੀ ਆ ਜ਼ਥੇਦਾਰ ਜਿੰਨਾ ਚਿਰ ਜਿੰਨਾ ਚਿਰ ਜ਼ਥੇਦਾਰ ਬਾਦਲ ਦੀ ਜੇਬ ਚੋਂ ਨਿਕਲਣਗੇ ਉਹ ਜ਼ਥੇਦਾਰ ਦੀ ਇੱਜ਼ਤ ਨਹੀਂ ਹੋਣੀ ਇਹ ਜਥੇਦਾਰ ਸਾਹਿਬ ਆਪ ਇਹ ਗੱਲ ਕਹਿ ਕੇ ਚਲੇ ਜਾਣ ਵੀ ਸਾਡੇ ਹੁੰਦੇ ਭਾਈ ਕੋਈ ਫਾਇਦਾ ਨਹੀਂ ਹੋ ਰਿਆ ਸਾਡੇ ਹੁੰਦੇ ਬਾਦਲਾਂ ਦਾ ਜੇ ਹਿੰਮਤ ਆ ਮੈਂ ਤੁਹਾਨੂੰ ਮੈਂ ਇਹੀ ਕਹ ਜੇ ਹਿੰਮਤ ਸੱਦੋ ਉਸਕੀਰ ਸਿੰਘ ਬਾਦਲ ਨੂੰ ਵੀ ਭਾਈ ਤੂੰ ਕਿਵੇਂ ਕਾਲ ਤੱਕ ਸਾਡੇ ਤੋਂ ਇਹਨੂੰ ਮਾਫੀ ਦਵਾਈ ਜੇ ਜਾਨ ਆ ਜਥੇਦਾਰ ਸਾਹਿਬ ਚ ਨਾ ਨਾ ਸਾਰਾ ਪੰਥ ਤੇ ਧਰਮ ਮਗਰ ਲੱਜੇ ਸੱਦੋ ਉਸਕੀਰ ਬਾਦਲ ਨੂੰ ਹਰ ਸਿਮਰਤ ਕੌਰ ਬਾਦਲ ਨੂੰ ਮਜੀਠੀਏ ਨੂੰ ਵੀ ਤੁਸੀਂ ਚਿੱਟੇ ਮਗਰ ਲਾਤਾ ਸਾਰਾ ਪੰਜਾਬ ਉਹ ਸ਼ਾਇਆਈ ਸੀ ਉਹ ਤਾਂ ਜਾ ਕੇ ਉੱਥੇ ਮੈਂ ਕੋੜੇ ਤਾਂ ਨਹੀਂ ਵੱਜੇ ਕੋੜੇ ਮਾਰਨੇ ਚਾਹੀਦੇ ਉਹ ਤਾਂ ਜਥੇਦਾਰ ਸਾਹਿਬ ਦੇਖਣ ਭੁੱਲਾਂ ਬਖਸ਼ਾ ਕੇ ਉਹਨਾਂ ਨੇ ਕੋਈ ਕੋਈ ਇਹ ਗੱਲ ਭੁੱਲ ਮੇਰ ਰਵਨੀਤ ਬਿੱਟੂ ਮੰਗ ਕਰ ਰਿਹਾ ਜਥੇਦਾਰੇ ਇਹ ਹੁਕਮ ਦੇਣ ਕਿ ਸੁਖਵੀਰ ਬਾਦਲ ਮੈਂ ਤਾਂ ਕਿ ਜਰਨਲ ਪ੍ਰਕਾਸ਼ ਸਿੰਘ ਬਾਦਲ ਦੇ ਕੋੜੇ ਮਾਰੇ ਜਾਣ ਜਿੰਨੀ ਤੋਂ ਵੱਧ ਤੋਂ ਵੱਧ ਸਗਾ ਸਜ਼ਾ ਸਖਤ ਮਿਲੇ ਇਹਨਾਂ ਨੂੰ ਉਨੀ ਘਟ ਜਿਨ੍ਹਾਂ ਨੇ ਸਾਡੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਬਾਅਦ ਨੇ ਹੱਤੇ ਸਿੱਖ ਮਾਰਾ ਤੇ ਉਦੋਂ ਬਾਅਦ ਫੇਰ ਹਜੇ ਗਾਣਾ गा ਰਿਹਾ ਜੰਤਰਮੰਤ ਤੇ ਪਾਤਸ਼ਾਹੀਆਂ ਪਾਤਸ਼ਾਹੀਆਂ ਉਹ ਪਾਤਸ਼ਾਹੀਆਂ ਗੁਰੂ ਨੇ ਪੰਜ ਵਾਰ ਤੁਹਾਨੂੰ ਮੱਖ ਮੰਤਰੀ ਥੋੜਾ ਸਾਲਾਹ ਸਾਹਿਬ ਨੂੰ ਤੁਹਾਨੂੰ ਡਿਪਟੀ ਮੁੱਖ ਮੰਤਰੀ ਥੋੜੇ ਜਵਾਈ ਸਾਹਿਬ ਨੂੰ ਮੰਤਰੀ ਬੀਬੀ ਨੂੰ ਮੰਤਰੀ ਕੈਬਨਿਟ ਤੁਸੀਂ ਪਾਤਸ਼ਾਹੀਆਂ ਪਾਤਸ਼ਾਹੀਆਂ ਤੁਹਾਨੂੰ ਰੱਬ ਪਰਮਾਤਮਾ ਬਖਸ਼ ਬਖਸ਼ ਥੱਕ ਗਿਆ ਪਰ ਤੁਸੀਂ ਪਾਪ ਤੇ ਪਾਪ ਤੁਸੀਂ ਪਾਪ ਤੇ ਪਾਪ ਕੀਤਾ ਹੁਣ ਸਭ ਤੋਂ ਵੱਡਾ ਜਿਹੜੇ ਹਜ਼ਾਰਾਂ ਲੋਕਾਂ ਦੇ ਕਾਤਲ ਨੇ 13 ਉਹਨਾਂ ਦੀਆਂ ਫੋਟੋਆਂ ਲੈ ਕੇ ਉਹਨਾਂ ਦੀ ਹਰ ਗੁਰਦੁਆਰੇ 'ਚ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਤੁਸੀਂ ਇਹ ਇਹ ਚੋਰ ਲਟੇਰੇ ਚੱਕਿਆਂ ਦੀਆਂ ਫੋਟੋਆਂ ਲਾਉਣੀਆਂ ਯਾਰ ਹੁਣ ਤੁਸੀਂ ਜ਼ੋਰ ਦੇ ਰਹੇ ਹੋ ਵੀ ਅਸੀਂ ਇਹ ਮੁੱਦਾ ਚੱਕਿਆ ਹੈ ਤਾਂ ਜਥੇਦਾਰ ਸਾਹਿਬ ਗੁਰਦੁਆਰ ਸਾਹਿਬਾਂ ਤੇ ਲਾਓ ਫੋਟੋਆਂ ਦੱਸੋ ਉਹ ਜਥੇਦਾਰ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਮੁੱਦੇ ਨੂੰ ਲੈ ਕੇ ਇਹ ਹੁਕਮ ਦੇ ਰਹੇ ਆ ਮੈਨੂੰ ਦੱਸੋ ਤੁਹਾਡੇ ਹੀ ਬੱਚਾ ਮੇਰਤ ਕਿਸੇ ਦਾ ਵੀ ਬੱਚਾ ਕੱਲ ਨੂੰ ਜਾਊਗਾ ਗੁਰਦੁਆਰੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਣਾ ਕਹਿੰਦੇ ਪ੍ਰਾਈਮ ਲੋਕੇਸ਼ਨਾਂ ਦੇਖ ਕੇ ਫੋਟੋਆਂ ਲਾਓ ਉਹਨਾਂ ਦੀਆਂ ਅਗਲਾ ਪੁੱਛੂਗਾ ਕੀ ਪਹਿਲੀ ਗੱਲ ਇਹ ਆ ਵੀ ਅੱਜ ਆਜ਼ਾਦ ਭਾਰਤ ਚ 5 ਸਾਲ 10 ਸਾਲ 18 ਸਾਲ ਦਾ ਨੌਜਵਾਨ ਜਾਊਗਾ ਤੇ ਪੁੱਛੂਗਾ ਵੀ ਇਹ ਕਿਹਦੀਆਂ ਫੋਟੋਆਂ ਉਹ ਕਹਿਣਗੇ ਜੀ ਇਹ ਉਹਦੀਆਂ ਫੋਟੋਆਂ ਜਿਹੜੇ ਏਕੀ 47 ਬੰਬਾਂ ਨਾਲ ਲੋਕਾਂ ਨੂੰ ਮਾਰਦੇ ਸੀ ਚੰਗਾ ਮਾੜਾ ਭੁੱਲ ਜੋ ਚਲੋ ਕਿਹਦੀ ਲੱਗਣੀ ਚਾਹੀਦੀ ਕੇਪੀਐਸ ਗਿੱਲ ਦੀ ਲੱਗਣੀ ਚਾਹੀਦੀ ਮੈਂ ਕਹਿੰਦਾ ਗੁਰਦੁਆਰੇ ਚ ਕਿਉਂ ਲੱਗਣ ਫੋਟੋਆਂ ਫੋਟੋਆਂ ਗੁਰੂ ਨੇ ਤਾਂ ਬਿਲਕੁਲ ਫੋਟੋ ਦੀ ਆਪਣੀ ਗੱਲ ਨਹੀਂ ਕੀਤੀ ਇਹ ਇਹਨਾਂ ਦੀ ਪਾਈ ਜਟਾਣਾ ਦੀ ਤਸਵੀਰ ਤੋਂ ਤੁਹਾਨੂੰ ਪ੍ਰੋਬਲਮ ਹੋਈ ਕਿਉਂ ਲੱਗੀ ਮੈਂ ਕਹਣਾ ਮੈਨੂੰ 100% ਪ੍ਰੋਬਲਮ ਆ ਚਲ ਫਿਰ ਵੀ ਉਹ ਮਿਊਜ਼ੀਅਮ ਚ ਲੱਗੀ ਆ ਇਹ ਤਾਂ ਗੁਰਦੁਆਰਿਆਂ ਚ ਕਿਹ ਤਾਂ ਗੁਰਦੁਆਰੇ ਪ੍ਰਾਈਮ ਲੋਕੇਸ਼ਨ ਜੇ ਕਿਸੇ ਦਾ ਕੱਲ ਨੂੰ ਹਰ ਸਿੱਖ ਦਾ ਕਿਸੇ ਹਿੰਦੂ ਦਾ ਮੁਸਲ ਕਿਸੇ ਮੁਸਲਮਾਨ ਸਾਈ ਦਾ ਬੱਚਾ ਜਾਂਦਾ ਉਹ ਕਹਣਗੇ ਇਹ ਇਹ ਕਹਣਗੇ ਜੀ ਇਹਨੇ ਬੰਬ ਚਲਾ ਕੇ ਫਲਾਨੀ ਬੱਸ ਚ 35 ਹਿੰਦੂ ਮਾਰਤੇ ਸੀ ਸ਼ਹੀਦ ਕਰਤੇ ਸੀ ਇਹ ਮਾਰੇ ਜਿਹੜਾ ਹਵਾਰਾ ਹੈ ਹਵਾਰੇ ਨੇ ਦਿੱਲੀ ਬਲਾਸਟ ਕੀਤਾ ਥੀਏਟਰ ਚ ਲੁਧਿਆਣਾਏ ਬਲਾਸਟ ਕੀਤਾ تھیਟਰ ਚ ਇਹ ਇੱਕ ਇੱਕ ਦੇ ਥੋੜੀ ਮੈਂ ਤਾਂ ਹੀ ਕਿਹਾ ਵੀ ਸਰਦਾਰ ਬਿਆਨ ਸਿੰਘ ਦੀ ਗੱਲ ਛੱਡੋ ਬਰਿਆ ਕੇਸ ਚੋਂ ਬਰੀ ਹੋ ਚੁੱਕਿਆ ਸ਼ਾਇਦ ਤੁਹਾਡੇ ਇਸ ਗੱਲ ਦੀ ਮੈਂ ਇਨਫੋਰਮੇਸ਼ਨ ਦੇ ਦਿਆਂ ਲੁਧਿਆਣਾ ਘੰਟਾ ਘਾਰ ਬਲਾਸਟ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ ਨੇ ਉਸ ਕੇਸ ਚ ਬਰੀ ਪੂਰੀ ਤਰ੍ਹਾਂ ਕੋਈ ਗਰੀਬ ਆਦਮੀ ਸਾਡੇ ਵਰਗਾ ਮਤਲਬ ਮੂਰੇ ਟੱਕਰਿਆ ਨਹੀਂ ਗਾ ਬਿੱਟੂ ਸਾਹਿਬ ਇੱਕ ਪਾਸੇ ਕਾਨੂੰਨ ਦੀ ਗੱਲ ਹੈ ਦੂਜੇ ਪਾਸੇ ਮੈਂ ਤਾਂ ਤੱਥਾਂ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਤਕਰੀਬਨ ਸਾਰੇ ਕੇਸਾਂ ਚੋਂ ਬਰੀ ਨੇ ਕੱਲੇ ਇਸ ਕੇਸ ਦੇ ਵਿੱਚ ਬਿਆਨ ਸਿੰਘ ਮਾਮਲੇ ਦੇ ਵਿੱਚ ਸਿਰਫ ਉਹ ਲੜਾਈ ਉਹ ਇਸ ਕੇਸ 'ਚ ਲੜੀ ਆ ਹੂੰ ਉਹ ਵਿਚਾਰੇ ਸਾਰੇ ਹੀ ਮਰ ਗ ਉਹਨਾਂ ਦੇ ਪਿੱਛੋਂ ਕਿ ਲੜਾਈ ਲੜਨ ਵਾਲਾ ਨਹੀਂ ਸੀਗਾ ਤੇ ਇਸ ਕੇਸ ਸਾਡੇ ਅਸੀਂ ਖੜੇ ਆ ਸੰਜਰਨੈਲ ਸਿੰਘ ਦੀਆਂ ਤਸਵੀਰਾਂ ਵੀ ਗੁਰਦੁਆਰਿਆਂ ਦੇ ਵਿੱਚ ਲੱਗਦੀਆਂ ਤੁਹਾਨੂੰ ਉਹਦੇ ਤੋਂ ਵੀ ਦਿੱਕਤ ਮੈਂ ਮੈਂ ਉਸ ਕਦੇ ਕਿਹਾ ਹੀ ਨਹੀਂ ਮੈਂ ਕਦੇ ਕਿਹਾ ਇਹ ਉਹਨਾਂ ਨੇ ਲੋਕ ਤਾਂ ਨਹੀਂ ਮਾਰੇ ਸੰਤਾ ਨੂੰ ਤੁਹਾਡਾ ਤੁਹਾਡਾ opinion ਸੰਤਾ ਪ੍ਰਤੀ ਕੀ ਹੈ ਮੈਂ ਕਹਿੰਨਾ ਮੈਨੂੰ ਸਭ ਤੋਂ ਵੱਡੀ ਉਹਨਾਂ ਤੋਂ ਇੱਕੋ ਹੀ ਮੈਂ ਕਦੇ ਉਹਨਾਂ ਬਾਰੇ ਹੋਰ ਗੱਲ ਨਹੀਂ ਕੀਤੀ ਇੱਕੋ ਹੀ ਗੱਲ ਕੀਤੀ ਹੈ ਹਮੇਸ਼ਾ ਵੀ ਬਹੁਤ ਮਾੜੀ ਗੱਲ ਕਾਂਗਰਸ ਪਾਰਟੀ ਜਿੱਦੀ ਮਰਜ਼ੀ ਸਰਕਾਰ ਸੀ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਮਾੜੀ ਗੱਲ ਜਿਹੜਾ ਗੁਰਦੁਆਰੇ ਸਾਹਿਬ 'ਚ ਹਥਿਆਰ ਲੈ ਕੇ ਗਏ ਮੇਰੀ ਤਾਂ ਇੰਨੀ ਗੱਲ ਆ ਉਹਨਾਂ ਦੇ ਨਾਲ ਹੋਰ ਮੈਂ ਮੇਰੇ ਨਾਲ ਮੇਰੇ ਨਾਲ ਮੈਂ ਕਿਹੜਾ ਉਹਨਾਂ ਨੂੰ ਕੋਈ ਜਾਣਦਾ ਜਾਂ ਮਿਲੇ ਆ ਮੇਰੀ ਤਾਂ ਸਿਰਫ ਇੱਕੋ ਹੀ ਗੱਲ ਆ ਵੀ ਗੁਰਦੁਆਰਾ ਸਾਹਿਬ 'ਚ ਉਹ ਕਿਉਂ ਗਏ ਕੋਈ ਕਿਲਾ ਲੱਭ ਲੈਂਦੇ ਕੋਈ ਹੋਰ ਕਿਤੇ ਲੱਭ ਲੈਂਦੇ ਗੁਰਦੁਆਰਾ ਸਾਹਿਬ 'ਚ ਜਿਹੜਾ ਇਹ ਕੁਛ ਹੋਇਆ ਕੋਈ ਅਸਲੇ ਲੈ ਕੇ ਜਾਣਾ ਗੁਰਦੁਆਰਾ ਸਾਹਿਬ ਬਰੂਦ ਲੈ ਕੇ ਜਾਣਾ ਕੋਈ ਚੰਗੀ ਗੱਲ ਤੁਸੀਂ ਇਹ ਐਡਮਿਟ ਕਰਦੇ ਹੋ ਕਿ ਸਰਦਾਰ ਬੈਂਕ ਸਿੰਘ ਦੇ ਰਾਜ ਦੇ ਵਿੱਚ ਬਹੁਤ ਨੌਜਵਾਨ ਸਿੱਖ ਨੌਜਵਾਨ ਨਿਰਦੋਸ਼ੇ ਮਾਰੇ ਗਏ ਨਹੀਂ ਉਹ ਤਾਂ ਗਿਣਤੀ ਤਕਰੀਬਨ ਜਿਹੜੀ ਟੈਰਰਿਸਟ ਜਿਹੜੇ ਮਰੇ ਆ ਉਹ ਤਾਂ 5-700 ਮੈਂ ਨਿਰਦੋਸ਼ ਨੌਜਵਾਨਾਂ ਦੀ ਗੱਲ ਕਰ ਰਿਹਾ ਨਹੀਂ ਨਹੀਂ ਦੇਖੋ ਇੱਕ ਗੱਲ ਨੂੰ ਹੋਰ ਸਮਝੋ ਜਿਹੜੇ ਮੁਕਾਬਲੇ ਬਣਾ ਕੇ ਮਾਰੇ ਗਏ ਘਰਾਂ ਚੋਂ ਕੱਢ ਕੇ ਮਾਰੇ ਗਏ ਟੋਟਲ ਬੰਦੇ ਉਦੋਂ ਸ਼ਹੀਦ ਹੋਏ 35000 35000 ਉਹ ਚੋਂ 1000 ਜਾਂ 2000 ਹਿੰਦੂ ਸੀ ਬਾਕੀ ਜਿਹੜੇ 30000 ਸੀ ਉਹ ਸਾਰੇ ਦੇ ਸਾਰੇ ਸਿੱਖ ਸੀ ਸਿੱਖ ਮਤਲਬ ਉਹ ਕੌਣ ਸੀ ਸਿੱਖ ਮੈਨੂੰ ਇਹ ਤਾਂ ਮਰੇ ਆ ਨਾ ਘਰਾਂ ਚ ਹੂੰ ਮੈਂ ਤੁਹਾਡੇ ਚੈਨਲਾਂ ਤੇ ਮੈਂ ਨਹੀਂ ਉਹ ਉਹ ਮੈਨੂੰ ਥੋੜਾ ਕਲੀਅਰ ਕਰ ਦਿਓ ਮੈਂ ਤੁਹਾਨੂੰ ਇੰਟਰਵਿਊ ਹਜ਼ਾਰ ਹੋਣੀਆਂ ਤੁਸੀਂ ਕਹਿ ਰਹੇ ਹੋ ਨੰਬਰ ਉਹ 30000 ਸ਼ਹੀਦ ਕਿਹਨੇ ਕੀਤਾ ਤੁਸੀਂ ਹਜੇ ਤੱਕ ਇੰਟਰਵਿਊ ਸਿਰਫ ਟੈਰਰਿਸਟਾਂ ਦੇ ਘਰਾਂ ਦੀਆਂ ਕੀਤੀਆਂ ਨੇ ਹੂੰ ਹੁਣ ਇਦੋਂ ਬਾਅਦ ਮੇਰੀ ਬੇਨਤੀ ਤੇ ਮੇਰੇ ਉਲਟ ਜਿਨੀਆ ਮਰਜ਼ੀ ਕਰੋ ਮੇਰੀ ਬੇਨਤੀ ਤੇ ਦੱਸ ਉਹ ਪਰਿਵਾਰਾਂ ਚ ਇੰਟਰਵਿਊ ਕਰਿਓ ਜਿਨ੍ਹਾਂ ਨੂੰ ਬੱਬਰ ਖਾਲਸਾ ਪੰਜਵੜ ਨੇ ਛੰਦੜਾ ਨੇ ਕੋਲੀ ਨੇ ਜਿਹੜੇ ਇਹ ਲੋਕਾਂ ਨੂੰ ਮਾਰਿਆ ਸੀ ਉਹਨਾਂ ਦੇ ਘਰਾਂ ਚ ਇਹ ਤਾਂ ਇੱਕ ਇੱਕ ਮਰੇ ਨਾ ਉਹਨਾਂ ਦੇ 10-10 ਮਰੇ ਗੱਲ ਭੁੱਲ ਜਾਂਦਾ ਬੰਦਾ ਜਿਵੇਂ ਮੂਸੇ ਵਾਲ ਨੂੰ ਮਾਰਿਆ ਹਮ ਅੱਜ ਮੂਸੇ ਵਾਲ ਦੀ ਮਾਂ ਬਾਲ ਬਨ ਰਹੀ ਸੀ ਨਾ ਉਹਦਾ ਪੱਗ ਲਾ ਕੇ ਮੰਗ ਮੰਗ ਰਿਆ ਸੀ ਨਾ ਵੀ ਇਨਸਾਫ ਦੋ ਤੇ ਮੇਰੇ ਜਿਆਦਾ ਹੀ ਸਰਦਾਰ ਬਿਆਨ ਸਿੰਘ ਬੋਲੇ 25000 ਲੋਕ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀਆਂ ਮਾਮਾਂ ਭੈਣਾ ਬਾਪ ਇਨਸਾਫ ਮੰਗ ਰਹੇ ਸੀ ਜਿਵੇਂ ਇਹ ਮੁੱਖ ਮੰਤਰੀ ਭਗਵੰਤ ਮਾਨ ਹਨ ਨਾ ਇੱਕ ਅੱਜ ਮਰਿਆ ਸਾਰੀ ਮਾਮਾਂ ਇਨਸਾਫ ਮੰਗ ਰੀਆਂ ਸੀ ਅੱਜ ਇਨਕਾਊਂਟਰ ਹੋਇਆ ਤੇ ਕੱਲ ਨੂੰ ਇਹੀ ਰੂਪਾ ਜੂ ਰੂਪੇ ਜਿਹੜੇ ਵੀ ਇਹ ਮਾਰੇਗਾ ਮੰਨੂ ਇਹਨਾਂ ਨੂੰ ਕੱਲ ਨੂੰ ਕੌਣ ਦੀ ਇਹ ਤਾਂ ਜੀ ਸ਼ਹੀਦ ਸੀਗੇ 20 ਸਾਲ ਨੂੰ ਕਹੋਗੇ ਇਹ ਤਾਂ ਇੰਕਾਊਂਟਰ ਗਲਤ ਹੋਇਆ ਸੀ ਜੀ ਕਹਿਣਾ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਸਦਾਰ ਬਿਆਨ ਸਿੰਘ ਨੇ ਉਹਨਾਂ ਨੂੰ ਇਨਸਾਫ ਦਵਾਇਆ 30000 ਸਿੱਖ ਪਰਿਵਾਰਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਇਨਸਾਫ ਉਹਨਾਂ ਕੱਲਿਆਂ ਨੂੰ ਨਹੀਂ ਜੇ ਜਿਵੇਂ ਆ ਆ ਨਾ ਮਰਦੇ ਰੂਪਾ ਤੇ ਇਹ ਦੋਨੋਂ ਇਹ ਕਿੰਨਿਆਂ ਨੂੰ ਹੋਰ ਮਾਰ ਦਿੰਦੇ ਪਤਾ ਸੀ ਵੀ ਕਿੰਨਿਆਂ ਤੋਂ ਪੈਸੇ ਰੋਜ਼ ਮੰਗ ਲੈਂਦੇ ਇਹ ਜੀ ਉਦੋਂ ਇਹ ਜੀ ਉਦੋਂ ਹਜ਼ਾਰਾਂ ਦੀ ਗਿਣਤੀ ਚ ਰੂਪਾ ਤੇ ਆ ਕੀ ਨਾ ਉਹਦਾ ਅ ਵਿਸ਼ਨੋਈ ਬਣ ਚੁੱਕੇ ਸੀ ਪਰ ਉਹ 30000 ਮਾਰਿਆ ਕਿਨੇ ਮੇਰਾ ਸਵਾਲ ਤੇ ਨਹੀਂ ਸੀਗਾ ਨਾ ਆਹੀ ਮਾਰਨ ਵਾਲੇ ਜਿਹੜੇ ਲੋਰੈਂਸ ਵਿਸ਼ਨੋਈ ਵਰਗੇ ਰੂਪੇ ਵਰਗੇ ਭਗਵਾਨਪੁਰੀਏ ਵਰਗੇ ਇਹ ਉਦੋਂ ਪੰਜਵੜ ਸੀ ਉਦੋਂ ਛੰਦੜਾ ਸੀ ਉਦੋਂ ਬੁੱਧ ਸਿੰਘ ਵਾਲਾ ਸੀ ਗੁਰਜੰਡ ਸਿੰਘ ਵਾਲਾ ਸੀ ਉਦੋਂ ਇਹ ਸੀ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਬੁੱਧ ਸਿੰਘ ਵਾਲਾ ਭਾਈ ਛੰਦੜਾ ਇਹਨਾਂ ਸਾਰਿਆਂ ਨੇ ਸਿੱਖ ਨੌਜਵਾਨ ਮਾਰਤੇ ਜੋ ਕੇਪੀਐਸ ਗਿਲ ਤੇ ਪੰਜਾਬ ਪੁਲਿਸ ਤੇ ਦੋਸ਼ ਲੱਗਦਾ ਹੈ ਜੋ ਅਟਰਾਸਿਟੀ ਦੀ ਗੱਲ ਆ ਰਹੀ ਅਸੀਂ 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 ਤਾਂ ਕਦ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਮਾਰਿਆ ਹੂੰ ਜਿਹੜੇ ਬੁੱਧ ਸਿੰਘ ਵਾਲੇ ਦੂਜੇ ਵਾਲੇ ਸਾਰੇ ਇਹ ਮੇਰਾ ਸਵਾਲ ਬੜਾ ਸੌਖਾ ਸੀ ਬਿੱਟੂ ਜੀ ਸ਼ਾਇਦ ਗੱਲ ਲੰਬੀ ਹੋ ਗਈ ਤਾਂ ਤੁਸੀਂ ਮੇਰਾ ਸਵਾਲ ਇਹ ਸੀ ਕਿ ਕੀ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਪੁਲਿਸ ਨੇ ਉਸ 4 1/2 ਸਾਲ ਦੇ ਵਕਫੇ ਦੌਰਾਨ ਬਹੁਤ ਸਾਰੇ નિર્ਦੋਸ਼ ਸਿੱਖ ਨੌਜਵਾਨਾਂ ਨੂੰ ਮਾਰਿਆ ਮੇਰਾ ਇਹ ਸਵਾਲ ਸੀ ਅੱਜ ਕੋਈ ਵੀ નિર્ਦੋਸ਼ ਕਿਸੇ ਦਾ ਕਹੀ ਜਾਵੇ ਉਦੋਂ ਕੋਈ ਵੀ ਜਿਹੜਾ ਮੈਂ ਇੱਕ ਗੱਲ ਮੰਨ ਸਕਦਾ ਵੀ ਕੋਈ ਕ੍ਰਾਸ ਫਾਇਰਿੰਗ ਚ ਕੋਈ ਮਾਰਿਆ ਗਿਆ ਹੋਵੇ ਕਿਉਂਕਿ ਇਹ ਗੱਲ ਮੈਨੂੰ ਮੈਂ ਡਿਨਾਈ ਤਾਂ ਨਹੀਂ ਕਰ ਸਕਦਾ ਕਿਉਂਕਿ ਅੱਜ ਬਹੁਤ ਪੁਲਿਸ ਆਫੀਸਰ ਨੇ ਜਿਹੜੇ ਅੱਜ ਜੇਲ੍ਹਾਂ 'ਚ ਨੇ ਜੀ ਜਿਵੇਂ ਕੱਲ ਹੀ ਇੱਕ ਮਹਾਲੀ 'ਚ ਕੇਸ ਦਾ ਫੈਸਲਾ ਹੋਇਆ ਇੱਕ ਆਈਪੀਐਸ ਨੂੰ ਐਕਸ ਆਈਪੀਐਸ ਨੂੰ ਤੇ ਇੱਕ ਸਬ ਇੰਸਪੈਕਟਰ ਤੇ ਕਨਸਟੇਬਲ ਨੂੰ ਕੱਲ ਹੀ ਸਜ਼ਾ ਹੋਈ ਹੈ ਸੀਬੀਆਈ ਦੇ ਕੋਰਟ 'ਚ ਜਿਨ੍ਹਾਂ ਨੇ ਗਲਤ ਕੀਤਾ ਸੈਣੀ ਸਾਹਿਬ ਤੇ ਵੀ ਕੇਸ ਚੱਲ ਰਹੇ ਆ ਜੀ ਇਹ ਤਾਂ ਨਹੀਂ ਕਹਿ ਸਕਦੇ ਨਾ ਪਰ ਜਿਨ੍ਹਾਂ ਨੇ ਗਲਤ ਕੀਤਾ ਏ ਉਹ ਅੱਜ ਜੇਲ੍ਹਾਂ 'ਚ ਵੀ ਬੈਠੇ ਆ ਤੇ ਉਹਨਾਂ ਤੇ ਕੇਸ ਐ ਚੱਲ ਵੀ ਰਹੇ ਆ ਤੇ ਜੇ ਆਪਾਂ ਕਹੀਏ ਵੀ ਸਾਰੇ ਇਹ ਜਿਹੜਾ ਸਾਰਾ ਕੁਝ ਹੀ ਹੋਇਆ ਇੰਨੇ ਸਾਲ ਅੱਜ ਐ ਕਿਸੇ ਨੂੰ ਤੁਸੀਂ ਅੱਜ ਸੋਚ ਸਕਦੇ ਆਂ ਵੀ ਕਿਸੇ ਨੂੰ ਕੋਈ ਮਾਰ ਸਕਦਾ ਉਹ ਵੀ ਪੰਜਾਬੀ ਪੰਜਾਬੀ ਨੂੰ ਮਾਰਦਾ ਕਿਸੇ ਬਾਹਰੋਂ ਤਾਂ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਇਹ ਹੇਟਰਡ ਹੈ ਚਾਹੇ ਉਹ ਸਦਾਰ ਬਿਆਨ ਸਿੰਘ టుਵਰਡਸ ਹੋਈ ਚਾਹੇ ਕੇ ਪੀ ਐਸ ਗਿਲ ਦੇ టుਵਰਡਸ ਹੋਈ ਤੁਹਾਨੂੰ ਲੱਗਦਾ ਉਹ ਬਹੁਤ ਸੀਮਤ ਲੋਕਾਂ ਦੇ ਵਿੱਚ ਹੈ ਪੂਰੀ ਸਿੱਖ ਕੌਮ 'ਚ ਨਹੀਂ ਹੈਗੀ ਨਹੀਂ ਫਿਰ ਅਸੀਂ ਕਿੱਥੋਂ ਅਸੀਂ ਉਸ ਤੋਂ ਬਾਅਦ ਕਿੱਥੋਂ ਜਿੱਤਦੇ ਆ ਰਹੇ ਆਂ ਹੂੰ ਤੇ ਉਹ ਕਿੱਥੋਂ ਹਾਰਦੇ ਆ ਰਹੇ ਆਂ ਇਹੀ ਤੁਸੀਂ ਕਹਿ ਰਹੇ ਹੋ ਸਿਮਰਨਜੀਤ ਮਾਨ ਹੋਣੀ ਬਿਮਨ ਬਿਮਲਕੌਰ ਖਾਲਸਾ ਹੋਏ ਇਹੀ ਮੰਡ ਸਾਹਿਬ ਹੋਏ ਇਹ ਜੀਲਾਂ ਚ ਬੈਠ ਕੇ 5-5 ਲੱਖ ਤੇ ਜਿੱਤ ਗਏ ਸੀ ਕਿਉਂਕਿ ਉਦੋਂ ਕਹਿੰਦੇ ਸੀ ਵੀ ਜਿਹੜਾ ਸਾਨੂੰ ਵੋਟ ਨਹੀਂ ਪਾਊਗਾ ਉਹਨੂੰ ਠੋਕਾਂਗੇ ਤੁਸੀਂ ਕਹਿ ਰਹੇ ਹੋ ਉਦੋਂ ਡਰਾ ਕੇ 99 ਦੀ ਜਿਹੜੀ ਲੈਂਡਸਲਾਈਡ ਵਿਕਟਰੀ ਹੋਈ ਉਹ ਡਰਾ ਕੇ ਬਿਲਕੁਲ ਬਿਲਕੁਲ 100% ਜੇਲ੍ਹ ਚ ਬੈਠ ਕੇ ਇਹਨਾਂ ਨੇ ਇਹ ਗੱਲਾਂ ਕੀਤੀ ਮੰਡ ਸਾਹਿਬ ਨੂੰ ਪੁੱਛ ਲਿਓ ਵੀ ਕਿੰਨੇ ਭਰਾਈ ਤੁਹਾਡੇ ਇੰਕਾਊਂਟਰ ਚ ਮਾਰੇ ਗਏ ਨੇ ਹੂੰ ਮੰਡ ਸਾਹਿਬ ਨੇ ਇੰਟਰਵਿਊ ਕਰਿਓ ਮੇਰੇ ਨੌਲੇਜ ਸੱਤ ਭਰਾ ਸੀ ਇਹੇ 5 ਜਾਂ 6 ਇਹਨਾਂ ਦੇ ਇੰਕਾਊਂਟਰਾਂ 'ਚ ਮਾਰੇ ਗਏ ਇਹ ਉਦੋਂ ਐਮਪੀ ਬਣ ਗਏ ਤੇ ਇਸੇ ਤਰੀਕੇ ਨਾਲ ਉਸ ਵੇਲੇ ਮਤਲਬ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਇਹ ਗੱਲ ਥੋੜੀ ਜੀ ਮੈਂ ਵੀ ਮੈਨੂੰ ਵੀ ਇਹ ਦੁੱਖ ਦੁੱਖ ਲੱਗਦਾ ਬਈ ਇੱਕ ਵਨ ਸਾਈਡ ਜਿਹੜੀ ਆ ਉਹ ਅੱਜ ਦਿਖਾਈ ਜਾ ਰਹੀ ਆ ਬਿਲਕੁਲ ਟੂ ਸਾਈਡ ਜਿਹੜੇ ਜਿਹੜੇ ਪਰਿਵਾਰ ਨੇ ਆਪਾਂ ਲੁਧਿਆਣੇ 'ਚ ਹੀ ਲਾ ਲੀਏ ਪਾਂਡੇ ਜੀ ਕੀ ਨੇ ਪਾਂਡੇ ਦੇ ਪਿਤਾ ਜੀ ਆਪਾਂ ਉਦੋਂ ਸ਼ਾਮਸੁੰਦਰ अरोड़ा ਜੀ ਲਾ ਲੀਏ ਉਹਨਾਂ ਦੇ ਭਰਾ ਕੀ ਨੇ ਪੱਪੀ ਦੇ ਅੱਜ ਅਜ ਐਮਐਲਏ ਆਮ ਆਦਮੀ ਪਾਰਟੀ ਪੱਪੀ ਪ੍ਰੈਸ਼ਰ ਉਹਨਾਂ ਦੀ ਇੰਟਰਵਿਊ ਕਰ ਲਿਓ ਵੀ ਤੁਹਾਡੇ ਭਰਾ ਨੂੰ ਕਿਉਂ ਮਾਰਿਆ ਸੀ ਆਪਣੇ ਅਰਜੁਨ ਸਿੰਘ ਤੇ ਇੱਕ ਹਿੰਦੂ ਇੱਕ ਸਿੱਖ ਕੇ ਕੇ ਬਾਬਾ ਦੇ ਗੋਲੀ ਵੱਜੀ ਕੇ ਬਾਬਾ ਜੀ ਦੇ ਅੱਜ ਇਹ ਜੇ ਮੈਂ ਆਇਡੈਂਟੀਫਾਈ ਕਰਕੇ ਮੈਂ ਰੱਖੀ ਹੋਈ ਐ ਲਿਸਟ ਬਣਾ ਕੇ ਜਿਹੜੀ ਕਿ ਮੈਂ ਤੁਹਾਨੂੰ ਸੰਪਣੀ ਆ ਵੀ ਤੁਸੀਂ ਜਰਾ ਆਪਣੇ ਕੱਲੇ ਲੁਧਿਆਣੇ ਜ਼ਿਲ੍ਹੇ 'ਚ ਵੀ ਇਹਨਾਂ ਦੀ ਇੰਟਰਵਿਊ ਕਰਕੇ ਆਓ ਵੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਘਰ ਵਾਲੇ ਨੂੰ ਤੁਹਾਡੇ ਨੂੰ ਕਿਉਂ ਮਾਰਿਆ ਸੀ ਹੁਣ ਹੁਣ ਗੱਲ ਕੀ ਸੀ ਜੇ ਤਾਂ ਜੇ ਤਾਂ ਉਸ ਵੇਲੇ ਮੇਰੇ ਘਰੇ ਰਾਤ ਨੂੰ ਆ ਕੇ ਠਹਿਰਨ ਦਸਟ ਟੈਰਰਿਸਟ ਜੇ ਤਾਂ ਮੈਂ ਠਰਾ ਲੇ ਤਸਵੀਰੇ ਪੁਲਿਸ ਮੈਨੂੰ ਠੋਕਦੀ ਸੀ ਜੇ ਮੈਂ ਨਾ ਠਰਾਏ ਤਾਂ ਸਾਨੂੰ ਠੋਕਦੇ ਸੀ ਇਹ ਗੱਲ ਤਾਂ ਸਚਾਈ ਆ ਹੂੰ ਜਿਹੜੇ ਅੱਜ ਜਿਹੜੇ ਬੰਦੇ ਅੱਜ ਕਹਿੰਦੇ ਆ ਵੀ ਸਾਡੇ ਨਿਹੱਤਿਆਂ ਨੂੰ ਸਾਨੂੰ ਮਾਰਤਾ ਉਹ ਠਹਿਰਾ ਪ੍ਰੋਵਾਈਡ ਕਰਦੇ ਸੀ ਉਹ ਰੋਟੀਆਂ ਪ੍ਰੋਵਾਈਡ ਕਰਦੇ ਸੀ ਉਹਨਾਂ ਨੂੰ ਪਰ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੂੰ ਬੰਦੂਕਾਂ ਨਾਲ ਡਰਾਉਂਦੇ ਸੀ ਹੁਣ ਜਿਨ੍ਹਾਂ ਦੇ ਘਰਾਂ 'ਚ ਰੋਜ਼ ਲੁਕਦੇ ਸੀ ਉਹ ਧੀਆ ਭੈਣਾਂ ਦੀ ਇੱਜ਼ਤਾਂ ਲੁੱਟਦੇ ਸੀ ਜਦੋਂ ਇਨਕਾਊਂਟਰ ਹੋ ਗਿਆ ਜੇ ਪੰਜ ਟੈਰੋਰਿਸਟ ਮਾਰੇਗੇ ਤੇ ਵਿੱਚ ਦੋ ਘਰ ਵਾਲੇ ਵੀ ਮਾਰੇਗੇ ਇਹ ਤਾਂ ਗੱਲ ਹੋਈ ਆ ਇਹਨੂੰ ਇਹ ਗੱਲਾਂ ਆਈਆਂ ਨਾ ਕਿ ਏਜੰਸੀਆਂ ਨੇ ਬੰਦੇ ਪਾਤੇ ਫਿਰ ਸਿੰਘਾਂ ਦੇ ਨਾਂ ਤੇ ਬਦਨਾਮ ਕੀਤੇ ਗਏ ਜਿਹੜੇ ਬੱਸਾਂ 'ਚ ਵੀ ਕੱਢ ਕੇ ਮਾਰੇ ਉਹ ਜਿਹੜੇ ਲਹਿਰ ਨਾਲ ਜੁੜੇ ਖਾਲਸਾ ਸਿੰਘ ਨਹੀਂ ਸੀਗੇ ਇਹ ਗੱਲਾਂ ਵੀ ਆਈਆਂ ਮੈਨੂੰ ਨਹੀਂ ਪਤਾ ਇੱਕ ਮੈਂ ਇੰਟਰਵਿਊ ਦੇਖੀ ਆ ਬਿੱਟੂ ਹੁਣਾ ਦੀ ਦਲਜੀਤ ਬਿੱਟੂ ਦੀ ਜੀ ਮੈਂ ਸੁਣੀ ਬੜੇ ਧਿਆਨ ਨਾਲ ਉਹਨਾਂ ਨੇ ਇੱਕ ਵਾਰ ਨਹੀਂ ਉਹ ਇੰਟਰਵਿਊ 10 ਵਾਰ ਮੰਨੇ ਆ ਵੀ ਅਸੀਂ ਲੋਕ ਜੈਨੂਨ ਸੀ ਹੂੰ ਤੇ ਸਾਡੇ ਨਾਲ ਐਸੇ ਗਰੂ ਰਲ ਗਏ ਥੱਲੇ ਜਿਹੜੇ ਸਾਤੋਂ ਬੇਕਾਬੂ ਹੋ ਗਏ ਜੀ ਉਹਨਾਂ ਨੇ ਉਹ ਚ ਵਾਇਲੈਂਟ ਹੋਏ ਹੋ ਹਾਂ ਬੜੇ ਧਿਆਨ ਨਾਲ ਮੈਂ ਸੁਣੀ ਵੀ ਉਹ ਸਾਡੇ ਵੀ ਕੰਟਰੋਲ ਚ ਨਹੀਂ ਰਹੇ ਉਹਨਾਂ ਨੇ ਬੰਦੂਖਾਂ ਚੱਕ ਲੀਆਂ ਆਪਣੇ ਜਿਦਾਂ ਕੱਢਣ ਲੱਗੇ ਆਪਣੇ ਆਪ ਆਪਣੇ ਆਪ ਐਕਸਟਰੈਸ਼ਨ ਕਰਨ ਲੱਗੇ ਮਾਰਨ ਲੱਗੇ ਲੋਕਾਂ ਨੂੰ ਆਪਣੇ ਆਪ ਫੈਸਲੇ ਥੱਲੇ ਕਰਨ ਲੱਗੇ ਵੀ ਪੁਰਾਨੇ ਦੀ ਕੁੜੀ ਨਹੀਂ ਰੱਖਦਾ ਤਾਂ ਮੈਂ ਮਾਰੂੰ ਫਲਾਣੇ ਦਾ ਜਮੀਨ ਦਾ ਡਿਸਪਿਊਟ ਆ ਤਾਂ ਉਹਨੂੰ ਠੋਕਦਾ ਤੇ ਇਹ ਚੀਜ਼ਾਂ ਜਿਹੜੀਆਂ ਸੀ ਉਹਨੂੰ ਤੁਸੀਂ ਸੋਚੋ ਸਰਦਾਰ ਬੀਨ ਸਿੰਘ ਜੀ ਨੂੰ ਕੀ ਲੈਣਾ ਸੀ ਨਹੀਂ ਬਾਕੀ ਮੁੱਖ ਮੰਤਰੀ ਐਸ਼ ਕਰਦੇ ਆ ਬਣ ਕੇ ਪੰਜ-ਪੰਜ ਬਣੇ ਉਹ ਵੀ ਬਣੀ ਜਾਂਦੇ ਹੂੰ ਉਹਨਾਂ ਨੂੰ ਇੱਕ ਕਲੀਅਰ ਪਤਾ ਸੀ ਉਹ ਸਾਨੂੰ ਰੋਜ਼ ਕਹਿੰਦੇ ਸੀ ਵੀ ਮੇਰੇ ਨਾਲ ਗੱਡੀ 'ਚ ਨਾ ਬੈਠਿਆ ਕਰੋ ਬੇਟਾ ਸਕੂਲ ਬਚ ਕੇ ਜਾਇਆ ਕਰੋ ਕਾਲਜ ਸਕੂਲ ਗੱਡੀਆਂ 'ਚ ਮਤਲਬ ਇੱਕ ਡਰ ਭੌ ਦਾ ਮਾਹੌਲ ਸੀ ਉਹ ਇਹ ਕਹਿੰਦੇ ਸੀ ਵੀ ਮੈਂ ਨਹੀਂ ਬਚਣਾ ਪਰ ਮੈਂ ਜੋ ਜ਼ਿੰਮੇਵਾਰੀ ਪੰਜਾਬ ਦੀ ਮੈਂ ਲੋਕਾਂ ਨਾਲ ਸੌਂਚ ਚੱਕ ਕੇ ਆਇਆ ਵੀ ਮੈਂ ਪੰਜਾਬ ਨੂੰ ਗੋਲੀ ਨਹੀਂ ਚੱਲਣ ਦੇਣੀ ਪੰਜਾਬ 'ਚ ਮੈਂ ਦੁਬਾਰਾ ਗਿੱਧੇ ਭੰਗੜੇ ਪੈਣ ਲੋਕਾਂ ਦੇ ਖੁਸ਼ੀਆਂ ਦੁਬਾਰਾ ਮਨਾਇਆ ਜਾਣ 5 ਵਜੇ ਬਾਜ਼ਾਰ ਬੰਦ ਹੋ ਜਾਂਦੇ ਸੀ ਉਹਨਾਂ ਨੇ ਕੀ ਲੈਣਾ ਸੀ ਤੁਹਾਨੂੰ ਲੱਗਦਾ ਹੁਣ ਸੈਂਟੀਮੈਂਟ ਸ਼ਾਇਦ ਚੇਂਜ ਹੋ ਰਿਹਾ ਹੈ ਪੰਜਾਬ ਦਾ ਦੁਬਾਰਾ ਨਹੀਂ 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 ਸਵਾਲ ਹੀ ਨਹੀਂ ਪੈਦਾ ਹੁੰਦਾ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਉਹ ਗਨ ਕਲਚਰ ਬੰਦੂਖ ਦੀ ਲੜਾਈ ਦੇਖ ਲਈ ਆ ਬੜੇ ਬੜੇ ਸਮਝਦਾਰ ਬੈਠੇ ਆ ਇਹ ਤਾਂ ਤੁਹਾਨੂੰ ਪਤਾ ਚਾਰ ਹੁਣ ਦੇਖੋ ਇਹਦੇ ਵਿੱਚ ਕਿਹੜਾ ਕਿਹੜੀ ਕਲਚਰ ਦੀ ਗੱਲ ਆ ਜੀ ਉਹ ਜਿਹੜਾ ਬੈਠਾ ਉਹ 2020 ਵਾਲਾ ਉੱਲੂ ਆਦਮੀ ਉਹਨੂੰ ਇਹ ਨਹੀਂ ਪਤਾ ਵੀ ਇਹ ਚ ਹਰਿਆਣੇ ਵਾਲੇ ਕਿੰਨੇ ਸੀ ਹੂੰ ਮੂਸੇਵਾਲ ਨੂੰ ਕੀ ਸ਼ਬਦ ਵਰਤ ਰਿਹਾ ਗਿਆਨੀ ਕੋ ਠੋਕਦੀ ਆ ਗਿਆਨੀ ਕੋ ਠੋਕਦੀ ਆ ਹੂੰ ਤੇ ਇਹ ਕੰਮ ਕਰਾਉਨੇ ਹੋ ਸਾਨੂੰ thật ਤਾਂ ਤੁਸੀਂ ਗਿਆਨੀਆਂ ਨੂੰ ਠੁਕਵਾ ਰਹੇ ਹੋ ਇਹਨਾਂ ਇਹਨਾਂ ਨਾਲ ਰਲ ਕੇ ਤੁਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਕਿਹਨੇ ਮਰਵਾਇਆ ਸਿੱਧੂ ਮੂਸੇਵਾਲੇ ਨੂੰ ਨਹੀਂ ਮੈਂ ਤਾਂ ਜਿਹੜੀਆਂ ਤੁਹਾਡੇ ਟੈਨਲਾਂ ਤੇ ਹੀ ਸੁਣਦਾ ਗੱਲ ਉਹ ਜਿਹੜੀਆਂ ਰਿਕਾਰਡਿੰਗਾਂ ਜਿਹੜੀਆਂ ਆਈਆਂ ਉਹ ਤੋਂ ਮੈਂ ਗੱਲ ਕਰ ਰਿਹਾ ਵੀ ਕੋਈ ਹਰਿਆਣੇ ਦਾ ਇਹ ਮੁੰਡਾ ਜਿਹੜਾ ਜਿਹੜਾ ਹੁਣ ਫੜਿਆ ਫੜਿਆ ਹੋਇਆ ਉਹਦੀ ਰਿਕਾਰਡਿੰਗ ਕੋਈ ਇਹ ਆਈ ਹੈ ਮਤਲਬ ਤੁਸੀਂ ਦੇਖ ਹੀ ਨਹੀਂ ਰਹੇ ਪੈਸੇ ਪਿੱਛੇ ਕਿਸੇ ਨੂੰ ਮਰਾਉਣ ਦਾ ਇਹ 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 ਸਿੱਖ ਦਾ ਇਹ ਸਿੱਖਾਂ ਦਾ ਏਜੰਡਾ ਹੈ। ਇੱਕ ਦੇ ਸਾਡੇ ਗੁਰੂਆਂ ਦਾ ਕਿਸੇ ਦਾ ਇਹ ਏਜੰਡਾ ਸੀ ਵੀ ਉਹ ਕੱਲੇ ਬੰਦੇ ਨੂੰ ਜਾਂਦੇ ਨੂੰ ਤੁਸੀਂ ਸਾਰੇ ਗੁੰਡੇ ਮਹਾਰਾਸ਼ਟra ਸਭ ਤੋਂ ਇਕੱਠੇ ਕਰਕੇ ਉਹਨੂੰ ਮਾਰਾ ਦਿਓ। ਤੇ ਹੁਣ ਤੁਸੀਂ ਦੱਸੋ ਇਹ ਤਾਂ ਗੱਲਾਂ ਹਜੇ ਮੈਂ ਉਹਨਾਂ ਡੀਪ ਲੀਗ ਫਾਇਦਾ ਨਹੀਂ ਕੋਈ। ਬਈ ਸਾਡੇ ਕਾਂਗਰਸ ਦਾ ਕੈਂਡੀਡੇਟ ਹੂੰ ਮੂਸੇ ਵਾਲਾ ਹੂੰ ਹਾਰ ਗਿਆ। ਜਦੋਂ ਉਹ ਸ਼ਹੀਦ ਮਤਲਬ ਡੈਥ ਹੋ ਗਈ ਉਹਦੀ ਮਾਨ ਸਾਹਿਬ ਇੱਕ ਵੀਡੀਓ ਨਾਲ ਜਿੱਤ ਗਿਆ ਉਹਦੀ ਨਾਲ ਖਾਲਿਸਤਾਨ ਦੇ ਅਜੰਡੇ ਦੀ ਤਾਂ ਮੈਂ ਤੈਨੂੰ ਗੱਲ ਵੀ ਕਾ ਦੂੰ ਜਿੱਤੇ ਉਹ ਵਿਚਾਰੇ ਉਹ ਤਾਂ ਇੱਕ ਸਿੱਧੂ ਮੂਸੇ ਵਾਲੇ ਦੇ ਗਾਣੇ ਨਾਲ ਐਸੋ ਐਲ ਨਾਲ ਜਿੱਤ ਗਏ ਤੇ ਇੱਕ ਜਿਹੜਾ ਉਹਨਾਂ ਦੇ ਸਿਆਣਾ ਪੀਏ ਬਹੁਤ ਸਿਆਣਾ ਪੁਰਾਣਾ ਬੰਦਾ ਏ ਉਹਨਾਂ ਦੇ ਨਾਲ ਉਹਦੀ ਰਿਕਾਰਡਿੰਗ ਵੀ ਬਾਪੂ ਜੀ ਆਉਂ ਮੈਂ ੜੀਕਦਾ ਉਹ ਕੱਲੀ ਗੱਲ ਆ ਜਿਹੜੀ ਉਹ ਲੱਖਾਂ ਵੋਟਾਂ ਪਵਾ ਕੇ ਚਲੋ ਉਹ ਗੱਲ ਕੋਈ ਗੱਲ ਨਹੀਂ ਉਹ ਇਹ ਨਹੀਂ ਮੈਂ ਕਹਿੰਦਾ ਵੀ ਕੋਈ ਮਾੜੀ ਗੱਲ ਆ ਪਰ ਪ੍ਰਸਥਿਤਿਆ ਬਣਦੀਆਂ ਨੇ ਸੈਂਟੀਮੈਂਟ ਬਣਦੇ ਆ ਲੋਕਾਂ ਦੇ ਉਹ ਜੋੰਦੇ ਨੂੰ ਜਿਤਾਇਆ ਨਹੀਂ ਮਰੇ ਨੂੰ ਮਾਨ ਸਾਹਿਬ ਨੂੰ ਜਿਤਾ ਗਿਆ ਉਹ ਬਾਅਦ ਚ ਗੱਲਾਂ ਕਹਿਣ ਦਾ ਕੀ ਫਾਇਦਾ ਫਿਰ ਬਾਅਦ ਚ ਜਦੋਂ ਮਿੱਟੂ ਜੀ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਐਸਜੀਪੀਸੀ ਕਮਜ਼ੋਰ ਹੋਈ ਜਥੇਦਾਰ ਸਾਹਿਬ ਆਪ ਕਬੂਲ ਰਹੇ ਹੈ ਤੁਸੀਂ ਉਸ ਬਿਆਨ ਤੇ ਰਿਐਕਟ ਕੀਤਾ ਫਿਰ ਇਹ ਰਿਫਾਰਮ ਕਿਵੇਂ ਆਊਗਾ ਹੁਣ ਕੌਮ ਦੇ ਵਿੱਚ ਜਿਹੜਾ ਇਹ ਇਨਸਟੀਟਿਊਸ਼ਨਸ ਕੰਮ ਦੇ ਖਤਮ ਹੋਣ ਲੱਗ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤੁਸੀਂ ਸਵਾਲ ਕਰ ਰਹੇ ਹੋ ਕਿਸੇ ਵੇਲੇ ਜੀ ਸੌਰੀ ਸੌਰੀ ਤੁਸੀਂ ਪੂਰਾ ਕਰੋ ਸਭ ਤੋਂ ਵੱਡਾ ਸਾਡਾ ਚੀਫ ਜਸਟਿਸ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਸੁਪਰੀਮ ਕੋਰਟ ਅਸੀਂ ਮੰਨਦੇ ਹਾਂ ਤੇ ਅੱਜ ਜੇ ਸਵਾਲ ਹੋਣ ਲੱਗ ਗਏ ਫਿਰ ਇਹ ਇਸ ਨਿਗਾਰ ਨੂੰ ਵਾਪਸ ਕਿਵੇਂ ਸਹੀ ਕਰੋਗੇ ਤੁਸੀਂ ਮੈਨੂੰ ਇਹੀ ਤਾਂ ਕੁਝ ਵੀ ਜਥੇਦਾਰ ਸਾਹਿਬ ਅਕਾਲ ਤਖਤ ਦੇ ਸਾਡੇ ਪੋਪ ਉਹ ਲੇਲੜੀਆਂ ਕੱਢ ਰਹੇ ਉਹ ਲੇਲੜੀਆਂ ਕੱਢ ਰਹੇ ਆ ਸਿੱਧਾ ਨਹੀਂ ਕਹਿ ਸਕ ਰਹੇ ਉਹ ਸੁਖਵੀਰ ਬਾਦਲ ਨੂੰ ਕਹਿ ਰਹੇ ਆ ਵੀ ਛੱਡ ਦੇ ਖੜਾ ਐਸਜੀਪੀਸੀ ਪ੍ਰਧਾਨ ਨੂੰ ਕਹਿ ਰਹੇ ਆ ਹੁਬ ਤੁਸੀਂ ਤੁਸੀਂ ਮਾਰੋ ਇੱਕ ਮਤਲਬ ਉਹਨਾਂ ਦਾ ਤਾਂ ਜਿਹਨੂੰ ਉਹ ਤਨਖਈਆਂ ਕਰਾਤ ਕਰਦੇ ਰੋਟੀ ਬਾਟੀ ਦਾ ਹਿਸਾਬ ਉਹਦੇ ਨਾਲ ਮੁੱਕ ਜਾਂਦਾ ਉਹਨਾਂ ਕੋਲ ਤਾਂ ਇੰਨੀ ਤਾਕਤ ਆ ਉਹਨਾਂ ਕੋਲ ਤਾਂ ਇੰਨੀ ਤਾਕਤ ਆ ਕਰੋ ਇਹਨਾਂ ਦਾ ਬੰਦ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਅੱਜ ਹੀ ਨਾਲ ਜਥੇਦਾਰ ਸਾਹਿਬ ਨੂੰ ਲੋਕ ਮਤਲਬ ਅਸਲੀ ਜਥੇਦਾਰ ਨਾ ਮੰਨ ਲੈਣ ਤੁਹਾਨੂੰ ਲੱਗਦਾ ਅਕਾਲੀ ਦਲ ਦਾ ਰਿਵਾਈਵਲ ਬਾਦਲ ਪਰਿਵਾਰ ਨੂੰ ਮਾਈਨਸ ਕਰਨ ਨਾਲ ਨਹੀਂ ਮੈਂ ਦੇਖੋ ਇਹ ਤਾਂ ਨਹੀਂ ਕਹਿੰਦਾ ਕਿਉਂਕਿ ਮੈਂ ਕੋਈ ਅਕਾਲੀ ਦਲ ਦਾ ਨਹੀਂਗਾ ਮੇਰਾ ਕੋਈ ਬਾਦਲ ਪਰਿਵਾਰ ਨਾਲ ਕੋਈ ਜਾਤੀ ਉਹਨਾਂ ਨਾਲ ਕੋਈ ਮੇਰਾ ਰੋਲਾ ਨਹੀਂ ਮੈਂ ਤਾਂ ਇੱਕ ਗੱਲ ਤੁਹਾਡੇ ਮੂਰੇ ਸਾਰੀਆਂ ਰੱਖਤੀਆਂ ਵੀ ਬਾਦਲ ਸਾਹਿਬ ਦੀ ਜੇਬ ਚੋ ਜੇ ਜਥੇਦਾਰ ਬਣਨਗੇ ਤਾਂ ਜਥੇਦਾਰ ਸਾਹਿਬ ਐਂ ਜਿਨ੍ਹਾਂ ਨੂੰ ਤੁਸੀਂ ਇੱਕ ਚੀਫ ਮਿਨਿਸਟਰ ਤੁਹਾਨੂੰ ਬਾਹਰ ਜਿਨ੍ਹਾਂ ਨੂੰ ਤੁਸੀਂ ਲਾਲੇ ਦੱਸਦੇ ਹੋ ਜਾਂ ਹੋਰ ਦੱਸਦੇ ਹੋ ਐਂ ਸੰਤਰੀ ਦੀਆਂ ਪੋਸਟਾਂ 'ਚ ਖੜੋਗੇ ਇਹਦੇ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਇਹ ਗੱਲ ਸੁਣ ਲਓ ਤੁਸੀਂ ਜਥੇਦਾਰੋਂ ਹਜੇ ਵੀ ਤੁਸੀਂ ਏਕੇ 47 ਵਾਲਿਆਂ ਦੀ ਮਦਦ ਕਰਨ ਛੱਡ ਕੇ ਪੈਨ ਵਾਲਿਆਂ ਦੀ ਕੰਪਿਊਟਰ ਵਾਲਿਆਂ ਦੀ ਪੈਨਸਲਾਂ ਕਾਪੀਆਂ ਵਾਲਿਆਂ ਦੀ ਇਤਿਹਾਸ ਦੀ ਗੁਰੂ ਦੀ ਬਾਣੀ ਦੀ ਪੰਥ ਦੀ ਗੱਲ ਕਰੋ ਜਦੋਂ ਤੁਸੀਂ ਇਹ ਚਾਰ ਕਹਿੰਦੇ ਹੋ ਤਸਵੀਰਾਂ ਲਾ ਦਿਓ ਮੈਂ ਕਸੂਰ ਤਾਂ ਤੁਸੀਂ ਹੋ ਸਭ ਤੋਂ ਵੱਡਾ ਸਖਵੀਰ ਤੋਂ ਵੱਡੇ ਤੁਸੀਂ ਕਸੂਰਬਾਰੋਂ ਜਿਹੜੇ ਉਹ ਕਹਿੰਦੇ ਲਾਇਸੈਂਸੀ ਹਥਿਆਰ ਰੱਖੋ ਜਥੇਦਾਰ ਸਾਹਿਬ ਦਾ ਬਿਆਨ ਸੀ ਉਹ ਤਾਂ ਠੀਕ ਆ ਉਹ ਤਾਂ ਹਥਿਆਰ ਤਾਂ ਦੇਖੋ ਹਰੇਕ ਦੀ ਸ਼ਾਨ ਆ ਹਥਿਆਰ ਦੀ ਕੋਈ ਗੱਲ ਨਹੀਂ ਤੁਸੀਂ ਰੱਖਿਆ ਹਥੀ ਲਾਇਸੈਂਸੀ ਬਿਲਕੁਲ ਚਲੋ ਲਿਸਨਸੀ ਹਥਿਆਰ ਜਥੇਦਾਰ ਉਹਨਾਂ ਨੇ ਤਾਂ ਇਹ ਬਿਆਨ ਹਰਤੇ ਨਹੀਂ ਉਹਨਾਂ ਦੇ ਕੋਈ ਹੈ ਹਥਿਆਰ ਚਕਾਉਣਾ ਮਾੜੀ ਗੱਲ ਆ ਹੂੰ ਜੇ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਜਥੇਦਾਰ ਸਾਹਿਬ ਤੁਹਾਡਾ ਤੁਹਾਡਾ ਕੰਮ ਨਹੀਂਗਾ ਹਥਿਆਰਾਂ ਨੂੰ ਚਕਾਉਣ ਦਾ ਜਾਂ ਪਰ ਉਹਨਾਂ ਨੇ ਵਿੱਚ ਨਾਲੇ ਵੀ ਕਿਹਾ ਵੀ ਟ੍ਰੇਨਿੰਗ ਅਸੀਂ ਗੱਤਕੇ ਦੀ ਦੂਜੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀਆਂ ਹੋਰ ਵੱਡੇ ਹੀ ਉਹਨਾਂ ਨੇ ਗੱਲ ਕੀਤੀ ਆ ਪਰ ਜਥੇਦਾਰ ਸਾਹਿਬ ਦੇ ਕੋਲ ਅੱਜ ਮੌਕਾ ਹੈ ਬੜੇ ਪੜੇ ਲਿਖੇ ਨੇ ਗੱਲਾਂ ਵੀ ਕਰਦੇ ਆ ਪਰ ਤੁਸੀਂ ਜਿਵੇਂ ਕਿਹਾ ਜੀ ਨਹੀਂ ਕਰਦਾ ਕੁਐਸਚਨ ਉਠਾਉਣ ਨੂੰ ਅਕਾਲ ਤੱਕ ਸਾਬ ਦੇ ਜਥੇਦਾਰ ਨੇ ਪਰ ਜਦੋਂ ਬੇਬਸੀ ਬਾਦਲਾਂ ਦੇ ਮੂਹਰੇ ਆ ਅੱਜ ਵੀ ਤੁਸੀਂ ਪਹਿਲਾਂ ਵੀ ਤੁਸੀਂ ਆਰਡਰ ਮੰਨੇ ਉਹਨਾਂ ਦੇ ਅਕਾਲ ਤੱਕ ਸਾਬ ਦੇ ਉਹਨੂੰ ਮਾਫੀ ਕਰਾਉਣ ਨੂੰ ਬਾਬੇ ਨੂੰ ਉਹਦੀਆਂ ਪਿਕਚਰਾਂ ਲਵਾਉਣ ਨੂੰ ਉਦੋਂ ਵੀ ਤੁਸੀਂ ਆਰਡਰ ਜਥੇਦਾਰ ਸਾਹਿਬ ਤੋਂ ਇਹਨਾਂ ਨੇ ਕਰਾਏ ਅੱਜ ਵੀ ਇਹ ਹੋਰ ਨਿਗਾਰ ਲਗਾਉਣ ਨੂੰ ਆ 13 ਬੰਦੇ ਜਿਹੜੇ ਖੂਨ ਖਾਰ ਬੰਦੇ ਨੇ ਉਹਨਾਂ ਦੀਆਂ ਗੁਰਦੁਆਰਿਆਂ ਸਾਹਿਬ 'ਚ ਫੋਟੋਆਂ ਲਵਾ ਕੇ ਕਿੱਧਰ ਨੂੰ ਸਾਡਾ ਦੁਨੀਆ ਕੀ ਸਾਡਾ ਸਨੇਹਾ ਦੇਣਾ ਚਾ ਰਹੇ ਹੋ ਇਸ ਕਰਕੇ ਥੋੜਾ ਜਿਹਾ ਧਰਮ ਦੀ ਗੱਲ ਕਰੋ ਤਕੜੇ ਹੋ ਕੇ ਕਰੋ ਕਿਸੇ ਦੀ ਕਰੋ ਪਰ ਥੋੜਾ ਜਿਹਾ ਦੇਖ ਲਓ ਜੇ ਇਸ ਕਾਨੂੰਨ ਨੂੰ ਮੰਨਦੇ ਹੋ ਹਿੰਦੁਸਤਾਨ ਦੇ ਨੂੰ ਜੇ ਇਸ ਸਿਧਾਂਤ ਨੂੰ ਮੰਨਦੇ ਹੋ ਤੇ ਉਹਦੇ ਵਿੱਚ ਇਹ ਸਾਰੇ ਹੀ ਬੰਦੇ ਕਿਸੇ ਨੂੰ ਫਾਂਸੀ ਆ ਕਿਸੇ ਨੂੰ ਉਮਰ ਕੈਦ ਦਾ ਟਿਲ ਡੈਪ ਜੇ ਉਹ ਕਾਨੂੰਨ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਨਹੀਂਗੇ ਕੋਈ ਮਰਸੀ ਨਹੀਂ ਹੈ ਮਰਸੀ ਦਾ ਕੋਈ ਮਤਲਬ ਹੀ ਨਹੀਂ ਜਿਹੜੇ ਬੰਦੇ ਕਹਿੰਦੇ ਆ ਕੇ ਅਸੀਂ ਫੇਰ ਬੰਬਾਂ ਨਾਲ ੜਾਵਾਗੇ ਅਸੀਂ ਤਾਂ ਇਹ برداشت ਕਰ ਸਕਦੇ ਕਦੇ ਵੀ ਕੱਲ ਨੂੰ ਆ ਕੇ ਫੇਰ ਉਹ ਲੋਕਾਂ ਦੇ ਬੱਚਿਆਂ ਨੂੰ ਮਾਰ ਦੇਣ ਥੀਏਟਰਾਂ 'ਚ ਬੰਬ ਚਲਾਉਣ ਕਿਹਦੀ ਜ਼ਿੰਮੇਵਾਰੀ ਹੈ ਜੀ ਗੀਤ ਸੁਣਾਇਆ ਤੁਸੀਂ ਕਨਵਰ ਗਰੇਵਾਲ ਦਾ ਉਹ ਉਹ ਵੀ ਮੈਂ ਹੈਰਾਨ ਕਿਹੜਾ ਕਿਹੜੇ ਵਾਲਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ ਉਹ ਤਾਂ ਗੰਗਾ ਦੀ ਰਿਹਾਈ ਮੰਗ ਰਹੇ ਆ ਸੁਖਵੀਰ ਸਿੰਘ ਬਾਦਲ ਤਾਂ ਉਹ ਕਹਿੰਦੇ ਮੈਂ ਇਹੀ ਸੁਣਦਾ ਗਾਣਾ ਕਨਵਰ ਗਾਣੇ ਵਾਲ ਦਾ ਚੰਗਾ ਕੰਮ ਚੱਲਦਾ ਏ ਉਹਨੂੰ ਨਾ ਹਿਸਟਰੀ ਪਤਾ ਏ ਚੰਗੇ ਕਿਸਾਨੀ ਵੇਲੇ ਉਹਨੇ ਗੱਲ ਕੀਤੀ ਜਾ ਤਾ ਗਰਮੀ ਚ ਵੀ ਲੋਈ ਲੈ ਲੈਂਦਾ ਆਪਦੇ ਬਾਲ ਹੈ ਜਾਂ ਨਹੀਂ ਪਤਾ ਨਹੀਂ ਪਰਣਾ ਜਿਆ ਬੰਦਾ ਡੇਰੇ ਉਤੇ ਸਾਧ ਕਿਤੇ ਪਰ ਉਹ ਇਹ ਜੇ ਬੰਦੇ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਇਹ ਬੰਦਿਆਂ ਨੇ ਜੇ ਮੈਂ ਤੁਹਾਨੂੰ ਤਸਵੀਰਾਂ ਭੇਜੂਗਾ WhatsApp ਤੇ ਮੈਂ ਉਹਨੂੰ ਕਿਤੇ ਅੱਗੇ ਉਹਨੂੰ ਵੀ ਇਹ ਬੰਦਿਆਂ ਨੇ ਲੋਥੜੇ ੜਾਏ ਨੇ ਮੈਂ ਅੱਗੇ ਵੀ ਗੱਲਾਂ ਦੱਸਾਂ ਮੇਰੇ ਤਸਵੀਰਾਂ ਸੀ ਡਾਕਟਰ ਦੀ ਵਾਈਫ ਐਸਆਈ ਇਸ ਵੇਲੇ ਦਾ ਸਮਾਸੀਆ ਸੈਕਟਰੀਟ ਜਿਹੜਾ ਡਾਕਟਰ ਸੀ ਉਹਦਾ ਕਿਤੇ ਬਾਡੀ ਨਾਲ ਲੱਭੇ ਇਹਨੂੰ ਮੈਂ ਕਮਰ ਗਰੇ ਵਾਲ ਨੂੰ ਦੱਸਣਾ ਚਾਹਣਾ ਡਾਕਟਰ ਨਮਾ ਵਿਆਹ ਉਹ ਡਾਕਟਰ ਦਾ ਸਿਰਫ ਦੋ ਪੁਲਿਸ ਵਾਲਿਆਂ ਨੇ ਕਿਹਾ ਵੀ ਇੱਕ ਪੈਰ ਪਿਆ ਉਹ ਪਰਲੇ ਪਾਸੇ ਬੀਬੀ ਜੀ ਉਹ ਦੇਖਦੀ ਲੱਭਦੀ ਪਰ ਉਹ ਵੀ ਡਾਕਟਰ ਨੇ ਆਪ ਅਖੀਰ ਉਹ ਕੱਲਾ ਬੂਟ ਉਸ ਨੂੰ ਪਛਾਣ ਕੇ ਆਪਣੀ ਛਾਤੀ ਨਾਲ ਲਾ ਕੇ ਸਾਡੇ ਚੀ ਮਿਸਟਰ ਭੱਜੀ ਆਈ ਹਾਊਸ ਦੇ ਮੇਰੇ ਇਹ ਮਤਲਬ ਉਸ ਵੇਲੇ ਨਾਰਮਲ ਤਾਂ ਬੰਦਾ ਹੁੰਦਾ ਨਹੀਂ ਉਦੋਂ ਬਾਅਦ ਇੱਕ 6.5 ਫੁੱਟ ਦਾ ਲੰਮਾ ਮੈਨੂੰ ਅੱਜ ਵੀ ਯਾਦ ਆ ਚਮਕੌਰ ਸਿੰਘ ਉਹਦਾ ਨਾਂ ਸੀ ਉਹ ਅੱਗ ਲੱਗੀ ਹੋਈ ਪਿੱਛੋਂ ਉਹਦੇ ਅੰਦਰ ਬਰੂਦ ਭਰਿਆ ਤੇ ਉਹ ਐਡਾ ਤਕੜਾ ਲੰਮਾ ਉੱਚਾ ਜਵਾਨ ਸੀ ਬੰਬ ਨਾਲ ਵੀ ਉਹ ਮਰਿਆ ਉਹ ਭੱਜਿਆ ਜਾਵੇ 100 ਮੀਟਰ ਵੀ ਮੈਂ ਕਿਸੇ ਗੱਡੀ 'ਚ ਮੈਨੂੰ ਕੋਈ ਹਸਪਤਾਲ ਲੈ ਜੇ ਤੇ ਜਾਂਦਾ ਜਾਂਦਾ ਉਹ 100 ਮੀਟਰ ਅੱਗੇ ਜਾ ਕੇ ਡਿੱਗ ਗਿਆ ਇੱਕ ਬਾਰੂਦ ਸੀ ਉਸ ਵੇਲੇ ਨਵਾਂ ਯੂਜ਼ ਕੀਤਾ ਸੀ ਇਹਨਾਂ ਨੇ ਆਰ ਡੀ ਐਕਸ ਤੇ ਇੱਕ ਐਮ ਐਲ ਏ ਪੱਕਾ ਕਲਾ ਜਿਹੜਾ ਐਮ ਐਲ ਏ ਸੀ ਨੇਂਹ ਵੈਸੇ ਨੇਂਹਾਂ ਦੀ ਬੁੱਢਾ ਦਲ ਦਾ ਉਹ ਬੜਾ ਸੇਵਕ ਸੀ ਉਹਦੇ 4 ਮਹੀਨੇ ਹੋਏ ਸੀ ਵਿਆਹ ਨੂੰ ਉਹ ਅੰਦਰੋਂ ਹਜੇ ਲਿਫਟ ਉਤਰ ਰਿਹਾ ਸੀ ਉਹਦੇ ਬੰਬ ਬਲਾਸਟ ਹੋਇਆ ਤੇ ਉਹ ਬਿਲਕੁਲ ਅੰਦਰ ਅੱਗੇ ਚਲਸੀਆ ਗਿਆ ਤੇ ਬਹੁਤ ਲੰਬਾ ਪੀਜੀਆਓ ਪਿਆਰੇ ਅਡਕ ਸੀਆਰਪੀ ਵਾਲੇ ਐਨਐਸਜੀ ਵਾਲੇ ਪੀਐਨ ਜਿਹੜੇ ਖੜੇ ਸੀਗੇ ਇਹ ਤਾਂ ਮੈਂ ਇਸ ਕੇਸ ਦੀ ਗੱਲ ਸੁਣਾਉਣਾ ਐਨਐਸਜੀ ਵਾਲੇ ਜਿਹੜੇ ਵਿਚਾਰੇ ਕਿਥੋਂ ਡਿਊਟੀਆਂ ਕਰਨ ਆਏ ਸੀ ਤੇ ਇਹ ਇਹ ਉਹਨਾਂ ਦੀ ਗੱਲ ਕਰ ਰਿਹਾ ਇਹ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਇਹ ਮੈਂ ਇੱਕ ਕੇਸ ਦੀ ਗੱਲ ਮੈਂ ਬਿੱਟਾ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਇੱਕ ਅਸੀਂ ਮੰਨ ਲੈਂਦੇ ਆ ਵੀ ਭੁੱਲਰ ਸਾਹਿਬ ਮੈਂਟਲੀ ਬਿਲਕੁਲ ਡਿਸਟਰਬ ਨਹੀਂ ਉਹਨਾਂ ਨੂੰ ਪਤਾ ਨਹੀਂ ਠੀਕ ਨਹੀਂ ਅੰਦਰ ਰਹਿਣ ਬਾਹਰ ਰਹਿਣ ਉਹਨਾਂ ਦੇ ਹਾਲਾਤ ਨੇ ਜਦੋਂ ਉਹਨਾਂ ਤੇ ਅਟੈਕ ਹੋਇਆ ਅੱਜ ਉਹਨਾਂ ਨੇ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਲੱਤਾਂ ਆਰਟੀਬਿਸ਼ਲ ਲੱਗੀਆਂ ਹੋਈਆਂ ਨੇ ਨਾਲ ਪਤਾ ਨਹੀਂ ਕਿੰਨੇ ਹੀ ਜਿਹੜੇ ਉੱਥੇ ਵਰਕਰ ਆਏ ਹੋਏ ਸੀ ਆਈਆਈਸੀ ਯੂਥ ਕਾਂਗਰਸ ਅਫਸਰ ਚ ਉੜਗੇ ਨਾਲ ਇਹ 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 ਕਮਰਗਰੇਵਾਲ ਉਹਨਾਂ ਦੀਆਂ ਗੱਲਾਂ ਕਰਦਾ ਪਤਾ ਨਹੀਂ ਇਹਨੂੰ ਕਿੱਥੋਂ ਕੀ ਹੋਇਆ ਕੀ ਨਹੀਂ ਹੋਇਆ ਥੋੜਾ ਜਿਹਾ ਪਹਿਲਾਂ ਸਟੱਡੀ ਕਰਕੇ ਬਰਾਬਰ ਜੇ ਗੱਲ ਕਰੋ ਚੰਗੀ ਵੀ ਲੱਗਦੀ ਹੈ ਤੁਸੀਂ ਬਿਲਕੁਲ ਹੀ ਬਿਲਕੁਲ ਹੀ ਜਾਂ ਤਾਂ ਆ ਗੈਂਗਸਟਰ ਜਿਵੇਂ ਡਰਾਉਂਦੇ ਆ ਮੂਸੇ ਵਾਲੇ ਨੂੰ ਡਰਾਉਂਦੇ ਸੀ ਹੂੰ ਉਹ ਕਹੂਗਾ ਕਿ ਨਹੀਂ ਜਦ ਤੱਕ ਕੋਈ ਐਸੀ ਕੋਈ ਇਹ ਕਿਉਂਕਿ ਬਹੁਤ ਬੈਠੇ ਆ ਅਰਿੰਦੇ ਯਾਰਗਾ ਬੈਠਾ ਪਾਕਿਸਤਾਨ ਪੰਮੇ ਯਾਰਗਾ ਬੈਠਾ ਲੰਡਨ ਖੈਰੇ ਯਾਰਗਾ ਬੈਠਾ ਰੈਫਰੰਡਮ 20 ਵਾਲਾ ਪਤਾ ਨਹੀਂ ਕਿੰਨੇ ਕ ਪੈਸੇ ਦੇ ਕੇ ਇਹ ਜੇ ਕੰਮ ਕਰਵਾਉਂਦੇ ਆ ਹੁਣ ਤੁਸੀਂ ਦੇਖੋ ਨਾ ਜਿਵੇਂ ਆ ਆਪਾਂ ਇਲੈਕਸ਼ਨਾਂ ਚ 20 ਰੁਪਏ ਦੇ ਕੇ ਬੈਨਰ ਬੋਰਡ ਲਵਾਉਂਦੇ ਆ ਓਵੇਂ ਪੈਸੇ ਦੇ ਕੇ ਡਾਲਰ ਦੇ ਕੇ 100 ਡਾਲਰ 200 ਡਾਲਰ ਆ ਕਾਲੀ ਮਾਤਾ ਮੰਦਰ ਦੇ ਮੂਹਰੇ ਲਾਇਆ ਉਹ ਵਿਚਾਰੇ ਡਾਲਰਾਂ ਪਿੱਛੇ ਬਾਅਦ ਚ ਮੁੜ ਕੇ ਪੁਲਿਸ ਕੁੱਟ-ਕੁੱਟੋ ਨਨਪਨ ਦਿੰਦੀ ਐ ਇਨਟੈਰੋਗੇਸ਼ਨ ਕਰਕੇ ਤੇ ਇਹ ਮੌਜ ਨੂੰ ਉੱਥੇ ਤਾੜੀਆਂ ਮਾਰਦਾ ਹੁੰਦਾ ਬੈਠਾ ਆਪੂੰਸ਼ੀ ਵਾਲਾ ਤੇ ਇਸ ਕਰਕੇ ਪੰਜਾਬ ਵਾਲੇ ਬੜੇ ਪੁਰੇ ਬੜੇ ਗੁੰਝਲਦਾਰ ਮੁੱਦੇ ਨੇ ਸੈਂਟਰ ਗਵਰਨਮੈਂਟ ਹੋਰ ਛੇੜਾ ਤੋਂ ਛੇੜਾ ਛੇੜ ਰਹੀ ਆ ਜਿਹੜਾ ਸਾਡਾ ਚੰਡੀਗੜ੍ਹ ਸੀ ਇੱਥੇ ਉਹ ਨਮੀ ਰਾਜਧਾਨੀ ਉਹ ਨਾ ਉਹਨਾਂ ਨੂੰ ਨਵਾਂ ਸੈਕਟਰੀਟ ਵਿਧਾਨ ਸਭਾ ਵਿਧਾਨ ਸਭਾ ਬਣਾਉਣ ਲਈ ਉਹਨਾਂ ਨੂੰ ਜ਼ਮੀਨ ਦੇ ਰਹੀ ਆ ਐਸ ਸਾਡੀ ਐਸਓਐਲ ਨਾ ਸਾਡਾ ਬੀਬੀਐਮਬੀ ਚ ਉੱਥੋਂ ਸਾਡੀ ਮੈਂਬਰਸ਼ਿਪ ਖਤਮ ਕਰਤੀ ਆ ਇਹ ਜੇ ਬਹੁਤ ਕੰਮ ਨੇ ਯੂਨੀਵਰਸਿਟੀ ਚ ਸਾਡੀ ਚ ਉੱਚ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਇਹ ਬਹੁਤ بڑے ਮਸਲੇ ਨੇ ਜਿਨ੍ਹਾਂ ਤੋਂ ਸਾਨੂੰ ਅੱਗੇ ਲੜਨ ਲੜਾਈਆਂ ਲੜਨੀਆਂ ਏ ਪੋਲੀਟਿਕਲ ਲੜਾਈਆਂ ਲੜਨੀਆਂ ਏ ਇਸ ਕਰਕੇ ਜੇ ਐਂ ਹੀ ਰਹੇ ਆਪਾਂ ਇਹ ਜੀਆਂ ਲੱਗ ਹੋਣ ਦੀਆਂ ਵਕ ਹੋਣ ਦੀਆਂ ਗੱਲਾਂ ਕਰਦੇ ਆਂ ਤੇ ਫਿਰ ਆਪਾਂ ਨੂੰ ਨਾ ਉਧਰ ਵੀ ਸਾਡਾ ਦੁਸ਼ਮਣ ਬੈਠਾ ਤੁਸੀਂ ਹਿੰਦੁਸਤਾਨ ਨੂੰ ਵੀ ਆਪਣਾ ਦੁਸ਼ਮਣ ਬਣਾਈ ਸਮਝਦੇ ਹੋ ਤੇ ਫਿਰ ਆਪਾਂ ਜਾਵਾਂਗੇ ਕਿੱਥੇ ਇਹ ਗੰਭੀਰ ਮੁੱਦਾ ਏ ਬਹੁਤ ਵੀ ਆਪਾਂ ਕਰਨਾ ਕੀ ਚਾਹੁੰਦੇ ਆ ਜਿੰਨੇ ਵੀ ਇਹ ਥੋੜੀ ਆ ਚਾਹੇ ਵੱਧਾ ਪਹਿਲਾਂ ਕਿਸੇ ਨੇ ਆਪਾਂ ਨੂੰ ਛੇੜਿਆ ਨਹੀਂ ਸੀ ਅਪਰ ਹਰਿਆਣਾ ਵੀ ਵਿੱਚ ਹਿਮਾਚਲ ਵੀ ਵਿੱਚ ਚੰਡੀਗੜ੍ਹ ਵੀ ਵਿੱਚ ਰਾਜਧਾਨੀ Shimla ਸਿਆਲਾਂ ਚ ਤੇ ਚੰਡੀਗੜ੍ਹ ਉਦੋਂ ਆਪਾਂ ਹਿਮਾਚਲ ਨੇ ਤਾਂ ਮੰਗਿਆ ਨਹੀਂ ਸੀ ਭਿਆਨੇ ਨਹੀਂ ਲੱਗਣੀ ਮੰਗਿਆ ਆਪਾਂ ਉਦੋਂ ਪੰਜਾਬੀ ਸੂਬਾ ਬਣਾ ਕੇ ਬਹਿ ਗਏ ਚਾਹੇ ਸੈਂਟਰ ਸੀ ਚਾਹੇ ਕੁਛ ਸੀ ਨਾ ਰਾਜਧਾਨੀ ਲਈ ਨਾ ਹੋਰ ਕੁਛ ਲਈ ਤੇ ਇਸ ਕਰਕੇ ਆਪਾਂ ਪਹਿਲਾਂ ਇੰਨਾ ਕੁ ਪੰਜਾਬ ਬਣਾ ਕੇ ਬਹਿ ਗਏ ਹੁਣ 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 ਭਾਈ ਜਦੋਂ ਟੈਰਰਿਜ਼ਮ ਦਾ ਟਾਈਮ ਸੀ ਸੱਤੋਂ ਸੂਬੇ ਬਹੁਤ ਅੱਗੇ ਨਿੰਗੇ ਮੈਂ ਤੁਹਾਨੂੰ ਦੱਸਾਂ ਮੱਕੜ ਸਾਹਿਬ ਜਿਹੜਾ 80 ਤੇ 90 ਦੇ ਦਹਾਕੇ ਜਿਹੜਾ 70 ਆਪਾਂ ਟਾਈਮ ਗਮਾ ਲਿਆ ਉਹ ਹਿਮਾਚਲ ਹਰਿਆਣਾ ਦਿੱਲੀ ਗੁਜਰਾਤ ਬਹੁਤ ਅੱਗੇ ਸੂਬੇ ਨਿਕਲ ਗਏ ਆਪਣਾ ਤਾਂ ਉਹ 20 ਸਾਲਾਂ ਜਦੋਂ ਆਪਾਂ ਲੜਾਈ ਆਪਸ ਵਿੱਚ ਲੜਦੇ ਰਹੇ ਟੈਰਰਿਸਟ ਤੇ ਪੁਲਿਸ ਜਾਂ ਦੂਜੇ ਅਮਨ ਸ਼ਾਂਤੀ ਚਾਹਣ ਵਾਲੇ ਆਪਸ ਵਿੱਚ ਭਿੱੜਦੇ ਰਹੇ ਆਪਾਂ ਤਾਂ ਬਹੁਤ ਪਿੱਛੇ ਰਹਿ ਗਏ ਪਹਿਲਾਂ ਇਸ ਕਰਕੇ ਬਾਕੀ ਆਪਾਂ ਨੇ ਤੇ ਮਖੌਲ ਲੜਾਉਂਦੇ ਆ ਅਡਵਾਈ ਜਾਣਾ ਅਡਵਾਈ ਜਾਓ ਉਹ ਉਹ ਬਿਲਕੁਲ ਬਹੁਤ ਧੰਨਵਾਦ ਬਿੱਟੂ ਸਾਹਿਬ ਤੁਸੀਂ ਸਮਾਂ ਦਿੱਤਾ ਔਰ ਬਹੁਤ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਧੰਨਵਾਦ ਮਕਰਤ ਸਾਹਿਬ ਧੰਨਵਾਦ ਇਸ ਪੇਸ਼ਕਸ਼ ਤੇ ਨਈ ਇਜਾਜ਼ਤ ਦਿਓ ਧੰਨਵਾਦ